बहुत मेहरबानी है किते नवा मास्टर ता नहीं लगदा एक चिट्ठी होर वध गया अपने पिंड च देखो जी मेरे अंडर ज्वाइन करने का मतलब है नो फर्लो मैं आप छुट्टी लेंदा नहीं ते किसी नु छुट्टी तो बिना जान नहीं देंदा क्या बात है वेरी गुड सर बच्चो उठो पुत्र चलो क्लास ठीक है सर अपना भी मास्टर जी तुहाडे वाला हिसाब ही है वैसे मैं तो बल्कि संडे नु भी स्कूल ले आके बहुत खुश हुंदा मैं तो आया करूंगा संडे नु तुसी वेखो जे सेटिंग बनदी है ओ छड्डो तुसी इन्ना गल्लां नु मैं तुहाडे रहण दा इंतजाम सूबेदार साहब दे घर कर दित्ता आ बिजली पानी दे खर्चे मिला के कुल 2500 रुपए तुहानू इंडिया च किन्नीयां स्टेटां ने हुण ओ कमाल करदे हो नीतू मैडम आ गूगल आंटी तुहाडे कोल है इहनू पुछो मैडम 29 स्टेट्स ने ते 7 यूनियन टेरिटरीज चलो चलो वैसे तो आटा गूगल अंकल बनना ठीक नहीं सर जी सर जी आज फर लो किन्ने बजे मारनी है जी तुसी मिड डे मील खा के जी जा पहले जी केड़ी फर लो तू जा जाके अपना काम कर मार सब्जी च करची कुर्ची आ नवे नवे सर जी सत श्री अकाल जी सत श्री अकाल बहन जी सत श्री अकाल चलो सत श्री अकाल अच्छा मेनू सारे दस दो मैं क्लास केड़ी लेनी है ओ छड्डो सर पहला दिन कादियां क्लासा सारा साल क्लासा ही लेनी है हुन तुसी रेस्ट करो गेटो खब्बे पासे निकल के जिनू मर्जी पूछ लो सूबेदारां दा घर पर उस तो पहले एक मिनट रुको महाराज एक सेल्फी तक कर लिए फेसबुक ली लिख के पावांगे के फीलिंग होरू होरू विद न्यू कलीग आ स्माइल प्लीज पंजा रुपये 70 पैसे नथू भानो का 5 रुपये चरना फुल दलवारे का 16 रुपये करमी हाँ जी भाई साहब की चाहिए बस जी थोड़ी प्यारी जी समाइल ते अद्धा कमेंट चाहिए प्यारे समाइल को कहना मैं मनाही की है ना गल्ला बड़िया मिथिया कर दौ खंड मिल जी लगे हो बस जी उस अकाल पुरख ने जीभ ते खंड मिल ला रखी है जी सज्जे नूं कट लो खब्बे पासे मुड़के दूजे ही घर आऊंगा ठीक है जी ठीक पर शंभूनाथ जी हां जी थोनू किवें पता कि मैं मास्टर महाराज जिहड़ा पहला मास्टर सी ओह भी सूबेदार दे घर ही रहिंदा सी ओह भी रोंग नंबर आ गया मेरे नाल ਜਾਂਦਾ ਜਾਂਦਾ 97 ਰੁਪਈਏ ਨੱਪ ਗਿਆ ਮੇਰੇ ਚੱਲ ਰਕਮ ਤਾਂ ਕੋਈ ਵੱਡੀ ਨਹੀਂ ਸੀ ਊ ਗੱਲ ਹੈ ਇੱਕ ਪਹਿਲੇ ਮਾਸਟਰ ਦੇ 97 ਰੁਪਈਏ ਵੀ ਮੇਰੇ ਅਕਾਊਂਟ 'ਚ ਹੀ ਰੱਖ ਲਿਓ ਹੈਂ ਪਤਾ ਬੜਾ ਦਿਲਦਾਰ ਲੱਗਦਾ ਬਈ ਹੈਂ ਉਹ ਬਿੰਦਰ ਪੁੱਤਰ ਮਾਸਟਰ ਜੀ ਆਏ ਵਾਟਰ ਸਪਲਾਈ ਕਰੋ ਇਹਨਾਂ ਨੂੰ ਪਰ ਇੱਕ ਗਲਾਸ ਮੈਂ ਵਾਟਰ ਵੇਸਟਿੰਗ ਨੂੰ ਹੇਟ ਕਰਦਾ ਜੀ ਖੈਰ ਸਾਡਾ ਘਰ ਲੱਭਣ ਵਿੱਚ ਕੋਈ ਪਰੇਸ਼ਾਨੀ ਤਾਂ ਨਹੀਂ ਆਈ ਨਾ ਜੀ ਤੁਹਾਡਾ ਤਾਂ ਸਾਰਾ ਪਿੰਡ ਹੀ GPS ਹੈ ਜੀ ਜਿਹਨੂੰ ਪੁੱਛ ਲਓ ਟਿਕਾਣੇ ਤੇ ਹੀ ਭੇਜ ਦੇਣਗੇ ਥੈਂਕ ਯੂ ਭੈਣ ਜੀ ਮੇਰੀ ਧੀ ਹੈ ਬਿੰਦਰ ਇੱਕ ਦੋਤਾ ਹੈ ਮੇਰਾ ਮਿੱਠੂ ਹੈ ਉਹਦਾ ਨਾਂ ਸਾਰਾ ਦਿਨ ਜੀ ਲਾ ਰੱਖਦਾ ਹੈ ਤੁਹਾਡੇ ਸਕੂਲ 'ਚ ਪੜ੍ਹਦਾ ਹੈ ਅੱਛਾ ਆ ਪੌੜੀਆਂ ਚੜ੍ਹ ਜਾਓ ਇਹ ਚਵਾਰਾ ਤੁਹਾਡਾ ਹੀ ਹੈ ਜੀ ਸੁਭਦਰ ਸਾਹਿਬ ਸ਼ੁਕਰੀਆ ਬਿੰਦਰੇ ਮਾਸਟਰ ਜੀ ਵਾਸਤੇ T2 ਧਰ ਲਓ ਲੜ ਖੁਸ਼ੀਆਂ ਦੇ ਲਾਉਂਦੀ ਹੈ ਬਾਣੀ ਸਤਿਗੁਰੂ ਨਾਨਕ ਦੀ ਲੜ ਖੁਸ਼ੀਆਂ ਦੇ ਲਾਉਂਦੀ ਹੈ ਬਾਣੀ ਸਤਿਗੁਰੂ ਨਾਨਕ ਦੀ ਲੜ ਖੁਸ਼ੀਆਂ ਦੇ ਲਾਉਂਦੀ ਹੈ ਬਾਣੀ ਸਤਿਗੁਰੂ ਨਾਨਕ ਦੀ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਗੁਰਮੁਖ ਜੀ ਸਤਿ ਸ਼੍ਰੀ ਅਕਾਲ ਬਾਣੀ ਜੀ ਗੁੱਡ ਮਾਰਨਿੰਗ आलो प्रसाद ले लो
ਲਿਆਓ ਜੀ। ਹੈ ਗੁਰਮੁਖ ਜੀ, ਸਿਰ ਤਾਂ ਟੱਕ ਲੋ। ਸੌਰੀ ਯਾਰ ਬਾਣੀ, ਵੈਸੇ ਨਾ ਮੈਂ ਤਾਂ ਨਾਂ ਦਾ ਹੀ ਗੁਰਮੁਖ ਹਾਂ। ਕਹਿਣੀ ਔਰ ਕਰਨੀ ਦੀ ਗੁਰਮੁਖ ਤਾਂ ਤੂੰ ਹੈ ਬਾਈ। ਓਏ ਹੋਏ ਹੋਏ, ਇੰਨਾ ਮਾਨ ਬਖਸ਼ਿਆ ਨੀ ਮਾਣੀ ਨੂੰ। ਅੱਜ ਤਾਂ ਭਾਵੇਂ ਮੈਂ ਰੋਟੀ ਨਾ ਹੀ ਖਾਵਾਂ, ਪਿਆਰ ਨਾਲ ਹੀ ਰੱਜ ਗਈ। ਹੁਣ ਤਾਂ ਸਗੋਂ ਆਉਣ ਵਾਲੇ ਲਈ ਵੀ ਖਾਣਾ ਤੁਸੀਂ। ਜੇ ਮੇਰੇ ਹੁੰਦਿਆਂ ਮਾਂ ਪੁੱਤ ਦੀ ਖੁਰਾਕ 'ਚ ਕੋਈ ਕਮੀ ਆਈ ਨਾ, ਫਿਰ ਵੇਖਿਓ ਤੁਸੀਂ। ਤੁਸੀਂ ਵੀ ਮਾਂ ਪੁੱਤ ਕਿਹਾ, ਤੁਸੀਂ ਵੀ ਚਾਹੁੰਦੇ ਹੋ ਕਿ ਪੁੱਤ ਹੀ ਹੋਵੇ। ਉਹ ਤੂੰ ਕਮਲੀਆਂ ਦੱਸ ਹੈ। ਉਹੀ ਸਬੌਕੀ ਮੇਰੇ ਮੂੰਹ ਨਿਕਲ ਗਿਆ ਸੀ। ਮੈਨੂੰ ਤਾਂ ਨਿਆਣਾ ਚਾਹੀਦਾ, ਮੁੰਡਾ ਹੋਵੇ ਜਾਂ ਕੁੜੀ। ਚੂਚਾ ਜਾਂ ਬਲੂੰਗੜਾ ਨਹੀਂ ਹੋਣਾ ਚਾਹੀਦਾ ਤੈਨੂੰ। ਮੈਂ ਜਾਓ, ਤੁਸੀਂ ਡਰਾ ਹੀ ਦਿੱਤਾ ਮੈਨੂੰ। ਮੈਨੂੰ ਲੱਗੇ ਤੁਸੀਂ ਵੀ ਬੀਜੀ ਵਾਂਗ ਮੁੰਡਾ ਹੀ ਪਾਲਦੇ ਹੋ। ਬੀਜੀ ਰੋਜ਼ ਕਹਿ ਦਿੰਦੇ ਆ ਮੈਨੂੰ ਪੋਤਾ ਚਾਹੀਦਾ, ਪੋਤਾ ਚਾਹੀਦਾ। ਓਏ ਓ, ਐਵੇਂ ਸੋਚਿਆ ਨਾ ਕਰ ਬੀਬੀ ਬਾਰੇ, ਤੈਨੂੰ ਪਤਾ ਬੁੜੀਆਂ ਦੀ ਆਦਤ। ਦਰਅਸਲ ਉਹ ਵੀਰ ਵੱਡੇ ਦੇ ਵੀ ਤਿੰਨ ਕੁੜੀਆਂ ਹੀ ਆ ਨਾ, ਤਾਂ ਬੀਜੀ ਚਾਹੁੰਦੀ ਹੈ ਭਈ ਪੋਤੇ ਦਾ ਵੀ ਮੂੰਹ ਦੇਖ ਲੈ। ਅੱਛਾ, ਤੇ ਜੇ ਪੋਤੀ? ਪੋਤੀ ਇਜ਼ ਅ ਖੂਬਸੂਰਤ ਜੋਤੀ। ਜੇ ਬੇਬੇ ਦੇ ਘਰ ਹੋ ਗਈ ਨਾ ਪੋਤੀ, ਆਪਾਂ ਉਹਦਾ ਨਾਂ ਹੀ ਰੱਖ ਦੇਣਾ ਜੋਤੀ। ਉਹ ਵੀ ਤੇਰੇ ਵਾਂਗ ਫਿਰ ਹਨੇਰਿਆਂ ਨੂੰ ਰੋਸ਼ਨ ਕਰਿਆ ਕਰੇਗੀ। ਨਾ ਜੀ ਨਾ। ਹਾਂ ਜੀ ਹਾਂ। ਨਾ ਜੀ ਨਾ। ਮਾਸਟਰ ਜੀ, ਕੀ ਗੱਲ, ਅੱਖ ਲੱਗ ਗਈ ਸੀ? ਨਾ ਜੀ, ਲੱਗੀਆਂ ਯਾਦ ਆ ਗਈਆਂ ਸੀ। ਥੋੜਾ ਉੱਚੀ ਬੋਲਿਆ ਕਰੋ, ਮੈਨੂੰ ਲੋ ਸਾਊਂਡ ਡਿਸਪਲਿਨ ਪਸੰਦ ਨਹੀਂ। ਮੈਂ ਕਹਿ ਰਿਹਾ ਸੀ ਜੀ ਕਿ ਵਧੀਆ ਕੀਤਾ ਤੁਸੀਂ ਆ ਚਾਹ ਲਿਆਏ ਨਾ, ਹੋਈ ਤਾਂ ਵੈਸੇ ਤੁਹਾਨੂੰ ਖੇਚਲੀ ਹੈ। ਨਹੀਂ ਨਹੀਂ ਨਹੀਂ, ਕੋਈ ਗੱਲ ਨਹੀਂ ਕੋਈ ਗੱਲ ਨਹੀਂ। ਜਦੋਂ ਤੁਸੀਂ ਬਣਾਉਣ ਲੱਗ ਗਏ ਅਸੀਂ ਖਾਲੀ ਗਲਾਸ ਲੈ ਕੇ ਰੋਜ਼ ਤੁਹਾਡੇ ਦਰਵਾਜ਼ੇ ਤੇ ਖੜ ਜਾਇਆ ਕਰਦਾ। ਮੈਂ ਸ਼ਰਮ ਨਹੀਂ ਮਹਿਸੂਸ ਕਰਦਾ। ਬਾਈ ਦੀ ਵੇ, ਜਾਤ ਗੋਤ ਕੀ ਹੈ ਤੁਹਾਡਾ? ਜਾਤ ਮੇਰੀ ਸਿੱਖ ਹੈ ਜੀ, ਤੇ ਗੋਤ ਸਿੰਘ ਹੈ। ਸਤਨਾਮ ਸਤ ਕੋਈ ਭਿਖਾਰੀ। ਵਾਹਿਗੁਰੂ, ਮੇਰੇ ਦੋਸ਼ ਤੇ ਬੁਰਾਈਆਂ ਨੂੰ ਅਣਦੇਖਿਆ ਕਰਨਾ, ਮਨ ਨੀਵਾਂ ਤੇ ਮਤ ਉੱਚੀ ਰੱਖਣਾ, ਬਲ ਬਖਸ਼ਣਾ ਕਿ ਮੈਂ ਨਿਮਾਣਿਆਂ ਤੇ ਨਿਤਾਣਿਆਂ ਦੇ ਨਾਲ ਖੜਾ ਹੋ ਸਕਾਂ। ਜਪ ਲੈ ਵਾਹਿਗੁਰੂ ਵਾਹਿਗੁਰੂ ਜੀ, ਸਤਨਾਮ ਸਤਨਾਮ। ਪਿੰਡ 'ਚ ਕੋਈ ਬੰਦਾ ਨਹੀਂ ਦਿਸਦਾ? ਇੱਥੇ ਸ਼ਾਮ ਨੂੰ ਕਿਤੇ ਕਰਫਿਊ ਤੇ ਨਹੀਂ ਲੱਗਦਾ? ਹੈਂ, ਕਿੱਧਰ ਗਈ ਸਾਰੀ ਜਨਤਾ? ਇੱਥੇ ਦੇਸ਼ ਦੀ ਇੰਪੋਰਟੈਂਟ ਜਨਤਾ। ਆਪਣਾ ਹੈਂਗਰ ਤੂੰ ਕਿੱਧਰ ਲਟਕਦਾ ਫਿਰਦਾ ਓਏ? ਉਹ ਪਤੰਦਰੋ, ਤੁਸੀਂ ਵੀ ਘਰੋਂ ਬਾਹਰ ਦੁਖੀ ਆ ਜਿਹੜੇ ਰੋਜ਼ ਹੀ ਆ ਜਾਂਦੇ। ਮਾਡਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਮੈਂ ਲਾਟਰੀ ਪਿੰਡ ਦਾ ਪਰਸਨਲ ਡਾਕੀਆ। ਅਸਲੀ ਨਾਮ ਕੀ ਹੈ? ਕੀ ਗੱਲ, ਉਹ ਡਿਊਟੀ ਲੱਗ ਗਈ ਵੀ ਤੜਕੇ ਲੈਟਰਿੰਗ ਜਾਂਦਿਆਂ ਨੂੰ ਗਿਣੋ ਤੇ ਸ਼ਾਮ ਨੂੰ ਪੈਗ ਲਾਉਂਦਿਆਂ ਨੂੰ ਮਿਲੋ। ਡਿਊਟੀ ਦਾ ਤਾਂ ਕੀ ਹੈ ਜੀ, ਡਿਊਟੀ ਦੇ ਵਿੱਚੋਂ ਹੀ ਡਿਊਟੀ ਨਿਕਲਦੀ ਹੈ ਜੀ। ਹੈਂ, ਇੱਕ ਡਿਊਟੀ ਕਹਿੰਦੀ ਤੂੰ ਮੈਨੂੰ ਕਰ, ਦੂਜੀ ਕਹਿੰਦੀ ਮੈਂ ਮਰ ਜੂੰ ਤੇਰੇ ਬਿਨਾ, ਤੀਜੀ ਡਿਊਟੀ ਦੀ ਵੱਖਰੀ ਫਰੈਂਡ ਰਿਕੁਐਸਟ ਆ ਜਾਂਦੀ ਹੈ ਜੀ। ਹੈਂਗਰਾ, ਮੈਨੂੰ ਮਾਟਰ ਪਹਿਲਾਂ ਹੀ ਘੁੱਟ ਲਾ ਕੇ ਆਇਆ ਲੱਗਦਾ, ਪਰ ਕੱਚ ਹੈ। ਕੋਈ ਗੱਲ ਨਹੀਂ ਜੀ, ਹੋਰ ਲਵਾ ਦਿੰਦੇ ਹਾਂ, ਕਿਹੜੀ ਲਿਆਵਾਂ ਜੀ? ਮਾਫ਼ ਕਰੋ ਮਿੱਤਰੋ, ਨਾ ਮੈਂ ਪੀਆਂ ਤੇ ਨਾ ਮੈਂ ਪਿਆਵਾਂ ਕਿਸੇ ਨੂੰ। ਮੇਰਾ ਇੱਥੇ ਕੀ ਮੋਮਬੱਤੀਆਂ ਲਾਉਣਾ ਹੈ? ਮੈਂ ਜੀ ਦਰਅਸਲ ਛੇਤੀ ਦੇ ਬਈ, ਗੁਰੂ ਘਰ ਗਿਆ ਸੀ, ਉੱਥੇ ਦਿਸਿਆ ਹੀ ਕੋਈ ਨਹੀਂ। ਤੁਸੀਂ ਸੋਚਿਆ ਹੋਣਾ ਵੀ ਪਿੰਡ ਨੂੰ ਕੀ ਸੱਪ ਸੁੰਗ ਗਿਆ? ਮੈਂ ਨਹੀਂ ਕਿਸੇ ਨੂੰ ਸੁੰਗਿਆ। ਉਹ ਤੈਨੂੰ ਨਹੀਂ ਕਿਹਾ ਸੱਪ? ਦਰਅਸਲ ਜੀ, ਲੋਕਾਂ ਨੂੰ ਮਿਲੇ ਬਿਨਾ ਔਰ ਉਹਨਾਂ ਨਾਲ ਗੱਲਾਂ ਕੀਤੇ ਬਿਨਾ ਮੇਰਾ ਤਾਂ ਟਾਈਮ ਨਹੀਂ ਲੰਘਦਾ ਜੀ। ਤੁਰੇ ਫਿਰਦੇ ਆ ਇੱਧਰ ਰੌਣਕ ਜੀ ਦੀ ਸੀ, ਇੱਧਰ ਨੂੰ ਆ ਗਿਆ ਜੀ। ਸਾਡੇ ਪਿੰਡ ਵਾਲੇ ਤਾਂ ਗੁਰਦੁਆਰੇ ਸਾਲ ਛਮਾਹੀ ਜਾਂਦੇ ਆ ਜੀ, ਆਥਣ ਵੇਲੇ ਟੀਵੀ ਦੀ ਮਕਾਨ ਭਰਦੇ ਆ, ਤੇ ਆ ਲਾਟਰੀ ਅਰਗੇ ਆ ਜਿਹੜੇ ਇਸੇ ਖਾੜਾ ਲਾਉਂਦੇ ਸ਼ਾਮ ਨੂੰ। ਐ ਕਰੋ ਫਿਰ ਮਿੱਤਰ ਪਿਆਰਿਓ, ਇੱਕ ਕੱਪ ਚਾਹ ਦਾ ਪਿਓ ਸਰ। ਚਾਹ ਨਾ ਪੀਏ ਤੇ ਨਾ ਪਿਆਈਏ, ਚਾਹ ਤਾਂ ਹੈ ਨਹੀਂ ਜੀ। ਉਹ ਹੈ ਜੀ, ਉਹ ਕੱਲ ਸਕੂਟਰ ਚੱਕਿਆ ਗਿਆ, ਉਹ ਦੇਖ ਲਓ ਅੱਜ ਸਾਈਕਲ ਚੱਕਿਆ ਗਿਆ, ਉਹ ਮੈਂ ਲੁੱਟਿਆ ਗਿਆ। ਉਹ ਤੂੰ ਘਰ ਨੂੰ ਜਾ ਸੱਪ, ਮੈਂ ਆਪੇ ਲੱਭ ਦੂੰ, ਪਰ ਰੁਪਈਆ 100 ਲੱਗੂ।
अगले का समान चोरी करवाता बाद चो चोरी का समान दसन मोटी फीस लाती अगले नाइस वेरी नाइस ठीक है जी सत श्रीकाल जी सत श्रीकाल सत श्रीकाल लाटरी की कह गया है मतलब कहना भी कहना 100 रुपया फीस घट है रेट चेक लो ओके जी थैंक यू बस नाटी सर जी अग लगी भैया सब्जी मंडी चा ओहो की हो गया कोई नुकसान तो नहीं होया ज्यादा ओ ना सर जी ओ वाली नहीं महंगाई वाली की रौला पाया तुसी ओए तुहाडे मास्टर जी किथे है चलो बैठो इत्थे ने किद्दां गुरमुख जी अज भुंजे ही आसन लाया सुख तो है पुलर साहब बाबा जी कह गए सी निमे सो गौड़ा होए सो कदे कदे बाबा जी दी मन ली दी है पर लो सर जी पापा चंडीगढ़ तो सस्ती बोतल लेके आए सी ले जाओ चुप करे मैं जरा चक्की तो आटा चुक लिया वा तुसी 2 मिनट इन्हां ना पंपा पो खेडो बस मैं गया ते आया ठीक है जी ठीक ध्यान रखियो ओए फरलो सर जी की हुंदा सर जी फरलो ज्यादा मार दें जी पुत कदे टीचर्स दे पुठे ना नहीं लईदे ठीक है सर इन्हां दे केड़े सिद्धे नाम ने आ पेट्रोल है आ दुख देना ते आ फ्यूज है मैडम जिथे कोई चीज गलत है ओनू सही थां ते लैके आउणा साडा टीचर्स दा धर्म है जे इन्हां बच्चियां नू एक दूसरे दे नां ही नहीं पता होणगे तां फिर इन्हां नू भाई जैता जी भाई तारू जी भाई मती दास भाई सती दास भाई कन्हैया जी बंदा बहादुर हरि सिंह नलुआ महाराजा रणजीत सिंह दीवान टोडरमल पीर बुद्धू शाह इन्हां दे नाम कौन दसेगा सो मैम सिखाउण वास्ते सिखना पैणा है विद्या विचारी तप्पा उपकारी है जी की जी बचे हुए बाबे गुरु नानक दी बाणी है ते गुरबाणी सानू रस्ता दसदी है कि किधर जाना और किधर नहीं जाना और बाबे दे दर तो असीं जो भी सच्चे मनों मंगदे आ ना बच्चे वो सानू मिल जांदा है अच्छा सर जी जो मंगो ओही मिल जांदा सच्चे मनों मंगांगे जरूर मिलदा सर जी जे मंगी मैथ ना पढ़ाया जावे ता बांजू गल आपा ये क्यों मंगना बच्चे के मैथ्स ना पढ़ाया जाए सानू आपा ये क्यों नहीं मंगदे के बाबा जी मैनू मैथ समझ आ जाए इसे गल दा इत्थे रौला बच्चे के सानू मंगना ही नहीं आउंदा गुड्डी तू बहुत चुप करके बैठी है पुत ना तू मन नाल खेडी है किसे नाल गल भी नहीं करदी हैं की ना है तेरा सर जी ये तो ना ही फ्यूज है इहड़े की बोलने तेरे च ज्यादा करंट लगदा पुत मैनू हैं तू चुप करके नहीं बहिंदा सर जी तां ही तैनू पेट्रोल कहिंदे आ की नाम है मेरे पुत दा जी ज्योति पोती इज अ खूबसूरत ज्योति जे बेबे दे घर होगी ना पोती आपा ओदा नां ही रख देना ज्योति बहुत सोहना नां है पुत ज्योति मतलब रोशनी चानण तू हनेरियां नूं दूर करेंगी पुत सर मैं किस दिन तो अरदास शुरू कर सकता जी तू का दी अरदास शुरू करनी है भाई सीक्रेट आ जी जे वेला वक्त विचारीए ता कित वेला भगत होए सो पुत अगर असी अरदास लई पढ़ाई लई किसे खास समय दा इंतजार करी जावांगे ना ओ फिर कदे हो ही नहीं सकदा कहंदे ना कल करे सो आज करे सो अब पल में परलय होएगी फिर करोगे कब ਉਹ ਕਦੋਂ ਬਾਸਮਤੀ ਪਈਆ ਕਾਲੀਆਂ ਮਿਰਚਾਂ ਉਹ ਪਿਰਥੀ ਹਾਂਜੀ ਆ ਸੌਦਾ ਪੱਤਾ ਤੋੜ ਕੇ ਦਾ ਠੀਕ ਹੈ ਬਈ ਕਮਾਲ ਆ ਮਾਸਟਰ ਜੀ ਪਹਿਲੀ ਵਾਰ ਕਿਸੇ ਨੂੰ ਗੁਰਮੁਖੀ ਦੀ ਪਰਚੀ ਦੇਖ ਕੇ ਦਿੱਤੀ ਹੈ ਮਹੀ ਦਾ ਤਾਂ 5ਵੀਂ ਫੇਰ ਵੀ ਅੰਗਰੇਜ਼ੀ ਦੀ ਘੋਲ ਕੰਦੇ ਮਾਲ ਕੇ ਲਿਆਉਂਦੇ ਆ ਓ ਬੋਦੀ ਭੌਂਕਣਾ ਤੂੰ ਫੀਸਾਂ ਭਰਦਾ ਰਹੇ ਮੇਰੀਆਂ 5ਵੀਂ ਫੇਲ ਨਾਲੇ ਪਾਸ ਉਹ ਤਾਂ ਜੱਟਾਂ ਦੀਆਂ ਜੜਾਂ 'ਚ ਸਰਕਾਰ ਬਹਿ ਗਈ ਜਿਹੜੀਆਂ ਤੇਰੇ ਵਰਗੀਆਂ ਲੰਡੀਆਂ ਬੁੱਚੀਆਂ ਸਾਨੂੰ ਛੇਡਾਂ ਕਰਨ ਲੱਗ ਗਈਆਂ ਲੱਗਿਆ ਰੌਂਗ ਨੰਬਰ ਉਹ ਤੁਹਾਨੂੰ ਥੋੜ੍ਹੀ ਕਿਹਾ ਸੋਹੀ ਸਾਹਿਬ ਗੁੱਸਾ ਅੱਕ ਦਿਓ ਕੰਧਾ ਇੱਕ ਉਹ
ਸਾਹਿਬ ਨੂੰ ਮੈਂ ਪੌਂਡ ਮੰਗਲੇ ਤੇ ਤੇਰੇ ਵਿੱਚ ਸਾਹਿਬ ਪਤਾ ਕੌਣ ਹੁੰਦਾ ਸਾਹਿਬ ਜਿਹੜੇ ਰੱਬ ਨੇ ਸਪੈਸ਼ਲ ਕੋਠੇ 'ਚ ਬਣਾਏ ਹੁੰਦੇ ਆ ਉਹ ਹੁੰਦੇ ਆ ਸ਼ੰਭੂ ਜੀ ਮੈਂ ਬਿਲਕੁਲ ਸਹੀ ਕਿਹਾ ਸਰਦਾਰ ਜੀ ਤੁਸੀਂ ਸਹੀ ਟੱਟੂ ਕਿਹਾ ਨਾਲੇ ਸਰਦਾਰੀਆਂ ਕਾਹਦੀਆਂ ਬੈਂਕ ਵਾਲੇ ਰੋਜ਼ ਸਾਡੇ ਘਰੇ ਆ ਕੇ ਸਾਡੀਆਂ ਸਰਦਾਰੀਆਂ ਲੀਰੋ ਲੀਰ ਕਰਦੇ ਆ ਦਾਦਾ ਸਰ ਇਹਦੇ ਕੁੜੀ ਦੇ ਵਿਆਹ ਤੇ ਕਰਜ਼ਾ ਚੁੱਕਿਆ ਸੀ ਕਹਿੰਦਾ ਕਿ ਗਵਾਂਢੀਆਂ ਨੇ ਬੰਬੂ ਕਰ ਦਿੱਤਾ ਮੈਂ ਕਾਰ ਦਿਉਂ ਹੁਣ ਗਵਾਂਢੀ ਤਾਂ ਹੈਲੀਕਾਪਟਰ ਦੇਣਗੇ ਬਈ ਤੂੰ ਆਪਣੀ ਕੁੜੀ ਨੂੰ ਹਵਾਈ ਜਹਾਜ਼ ਦੇਗਾ ਲਫਤਾਂਸ ਵਾਲਾ ਗੁੱਸਾ ਤਾਂ ਕਦੀ ਗੱਲ ਇੱਕ ਤੂੰ ਐਂ ਕਰ ਇਹਨੂੰ ਇਹ ਵੀ ਦੱਸ ਦੇ ਬਈ ਮੇਰੇ ਮੁੰਡੇ ਦਾ ਰਿਸ਼ਤਾ ਟੁੱਟ ਗਿਆ ਜੇ ਤੇਰਾ ਫਿਰ ਵੀ ਨਹੀਂ ਸਰਦਾ ਫਿਰ ਗੱਲ 'ਚ ਢੋਲ ਪਾ ਲੈ ਐਂ ਕਰ ਗੁਰਦੁਆਰੇ ਜਾ ਕੇ ਨਾ ਅਨਾਊਂਸਮੈਂਟ ਕਰਾ ਦੇ ਠੀਕ ਹੈ ਹਾਂ ਹੈਲੋ ਭੌਂਕ ਮੈਂ ਬੋਧੀ ਰਾਮ ਦੀ ਬੋਧੀ ਪੱਟ ਰਿਹਾ ਘਰੇ ਆ ਕੇ ਤੇਰੇ ਗੁੱਤ ਪੱਟੂਗਾ ਹੁਣ ਤੂੰ ਮੇਰੀ ਸ਼ਕਲ ਦੇਖ ਕੇ ਵਰਤ ਤੋੜਨੇ ਨਾ ਕਰੋ ਨਹੀਂ ਨਿਕਲ ਮਲਵਾਦਾ ਦੀ ਪਹਾੜਾਂ ਲਈਏ ਐਡਾ ਵੱਡਾ ਰੌਂਗ ਨੰਬਰ ਲਾਦਾ ਸੀ ਗੁੱਸਾ ਨਾ ਕਰੀ ਗੱਲ ਦਾ ਇੱਕ ਇਹ ਕੀ ਕੇਸ ਹੈ ਜੀ ਬਸ ਜੀ ਕੇਸ ਵਿਗੜੇ ਹੀ ਸਮਝੋ ਕਰਜ਼ੇ ਕੁਰਜ਼ਿਆਂ ਦੀ ਗੱਲ ਤਾਂ ਮੈਂ ਤੁਹਾਨੂੰ ਸਮਝਾਈ ਦਿੱਤੀ ਸੀ ਇਹਦੇ ਮੁੰਡੇ ਦਾ ਰਿਸ਼ਤਾ ਹੋਇਆ ਸੀ ਨਾਲ ਦੇ ਪਿੰਡ ਦੇ ਸ਼ਮਸ਼ੇਰ ਲੈ ਕੇ ਇਹਦੀ ਕੁੜੀ ਦੇ ਨਾਲ ਪਹਿਲਾਂ ਤਾਂ ਉਹਦੇ ਕੋਲ ਵੀ ਇਹਦੇ ਜਿੰਨੀ ਜ਼ਮੀਨ ਸੀ ਬਾਅਦ 'ਚ ਉਹਦਾ ਲੱਗਿਆ ਸਹੀ ਨੰਬਰ ਚਿੱਟਾ ਵੇਚ ਵੇਚ ਕੇ ਕਾਲਾ ਧਨ ਕਮਾ ਲਿਆ ਉਹਨੇ ਫਿਰ ਰਿਸ਼ਤਾ ਤੋੜਤਾ ਬਸ ਤੁਸੀਂ ਇਹ ਸਮਝੋ ਵੀ ਸੋਹੀ ਸਾਹਿਬ ਨੇ ਜਿੰਨੇ ਨੰਬਰ ਵੀ ਲਾਏ ਨੇ ਬਸ ਰੌਂਗ ਨੰਬਰ ਹੀ ਲਾਏ ਨਾਨਕ ਦੁਖੀਆ ਸਭ ਸੰਸਾਰ ਕਿੰਨੇ ਹੋਏ ਲਾਲਾ ਜੀ 235 ਹੋ ਗਏ ਜੀ ਕੋਈ ਵੀ ਬਾਅਦ 'ਚ ਆ ਜਾਣਗੇ ਲਿਖ ਲਾਂਗੇ ਨਹੀਂ ਨਹੀਂ ਤੁਸੀਂ ਉਹ ਲਿਖ ਕੇ ਲਾਇਆ ਹੋਇਆ ਨਾ ਅੱਜ ਨਗਦ ਕੱਲ ਉਧਾਰ ਉਹ ਲਿਖੇ ਤੇ ਅੱਜ ਕੱਲ ਕੌਣ ਅਮਲ ਕਰਦਾ ਜੀ ਭਲਾ ਵੈਸੇ ਕਰਨਾ ਚਾਹੀਦਾ ਅਮਲ ਲਿਖੇ ਹੋਏ ਤੇ ਚਾਹੇ ਉਹ ਗੀਤਾ 'ਚ ਲਿਖਿਆ ਹੋਵੇ ਚਾਹੇ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੋਵੇ ਅਮਲ ਤਾਂ ਕਰਨਾ ਚਾਹੀਦਾ ਵੈਸੇ ਹੁਣ ਮੇਰੇ 15 ਰੁਪਏ ਨਿਕਲਦੇ ਜੀ ਤੁਹਾਡੇ ਵੱਲ ਕੋਈ ਨੀ ਉਹ ਫਿਰ ਸਾਦੇ ਵੱਲ ਲਿਖ ਦਿਓ ਲਓ ਫਿਰ ਖੁਸ਼ੀ ਜੀ ਇੱਕ ਸੈਲਫੀ ਕਰੀਏ ਆਪਾਂ ਫੇਸਬੁੱਕ ਤੇ ਡਾਊਨਲੋਡ ਕਰਾਂਗੇ ਸੱਪ ਦਾ ਸਾਈਕਲ ਮਿਲਣ ਤੋਂ ਬਾਅਦ ਵਿਦ ਹੈਂਗਰ ਐਕਸਾਈਟਡ ਫੀਲਿੰਗ ਲਪਾਤਾ ਫੇਸਬੁੱਕ ਮੇਰੇ ਸਕੇ ਯਾਰ ਹੈਂਗਰ ਲਾਟਰੀ ਜਿੰਦਾਬਾਦ ਜਿੰਦਾਬਾਦ ਮਾਫੇ ਜੀ ਕੀ ਆ ਓਏ ਓਏ ਤਾਂ ਫਿਸ਼ ਫਾਰ ਵਾਈਫ ਆ ਭਾਬੀ ਲਈ ਫਿਸ਼ ਭਾਬੀ ਲਈ ਓਏ ਵੈਰੀ ਗੁੱਡ ਵੈਰੀ ਨਾਈਸ ਹਸਬੈਂਡਰ ਸੱਪ ਸੱਪ ਬੈਠ ਬੈਠ ਲੈ ਪੜਿਆ ਗਲਾਸੀ ਓਏ ਦੋ ਚੀਜ਼ਾਂ ਜੱਟ ਮੰਗਦਾ ਫਾ ਜੱਟ ਮੰਗਦਾ ਸਲਫਾਸ ਜੱਟ ਮੰਗਦਾ ਦਿਸ ਐਂਡ ਦੈਟ ਹੁਣ ਹੁਣ ਜਾਂ ਬੈਂਕ ਵਾਲੇ ਨੀ ਜਾਂ ਫਿਰ ਮੈਂ ਨੀ ਟਰੈਕਟਰ ਚੱਕਣ ਫਿਰਦਿਆ ਯਾਰ ਜੱਟ ਦਾ ਹੱਥ ਲਾ ਕੇ ਦਿਖਾਉਣ ਜੇ ਦਿੱਲੀ ਦੀਆਂ ਕੁਰਸੀਆਂ ਨਾਲ ਪਲਟਾ ਕੇ ਰੱਖਦਿਆਂ ਹੈਂਗਰ ਲਿਆ ਵੀ ਮਿੱਤਰ ਪਿਆਰਿਆ ਚਾਹ ਦਾ ਕੱਪ ਆ ਇੱਕ ਚਾਹ ਕਿੱਥੇ ਇੱਥੇ ਸੋਹੀ ਸਾਹਿਬ ਮੈਂ ਸਵੇਰੇ ਚਾਹ ਦਾ ਸਮਾਨ ਦੇ ਗਿਆ ਸੀ ਸੋਹੀ ਸਾਹਿਬ ਭੁੱਖੋ ਸੋਹੀ ਦੇ ਜ਼ਖਮਾਂ ਦੇ ਨੂਣ ਸ਼ੁਕਰੀਆ ਜੀ ਸ਼ੁਕਰੀਆ ਵੈਸੇ ਲਾਟਰੀ ਤੂੰ ਵੀ ਨਾ ਸਰਕਾਰ ਦੀ ਤਨਖਾਹ ਐਵੇਂ ਹੀ ਕੁੱਟੀ ਜਾਂਦਾ ਤੈਨੂੰ ਮੈਂ ਦੱਸਾਂ ਚਿੱਠੀਆਂ ਤੇ ਅੱਜ ਕੱਲ ਲਿਖਦਾ ਕੋਈ ਨੀ ਸਾਮਕਾ ਹੁਣ ਤਾਂ ਚਿੱਠੀਆਂ ਵੱਧ ਆਉਂਦੀਆਂ ਬਿਜਲੀ ਪਾਣੀ ਫੋਨਾਂ ਦੇ ਬਿੱਲ ਡਾਕ ਰਾਹੀਂ ਬੀਮੇ ਦੀਆਂ ਚਿੱਠੀਆਂ ਬੈਂਕਾਂ ਬੂੰਕਾਂ ਦੀਆਂ ਬੈਂਕਾਂ ਬੂੰਕਾਂ ਮੁਰਦਾਬਾਦ ਬੈਂਕ ਦੀ ਚਿੱਠੀ ਹਾਏ ਹਾਏ ਚਾਚਾ ਟੱਕ ਯਾਰ ਯਾਰ ਇੱਥੇ ਸਾਡੀ ਪਰਸਨਲ ਗੱਲ ਚੱਲ ਰਹੀ ਹੈ ਮਾਟੀ ਮੁਰਿਆ ਇੱਕ ਹੋਰ ਚਿੱਠੀ ਆਉਂਦੀ ਹੈ ਉਹਦੇ ਲਿਖਿਆ ਹੁੰਦਾ ਟੂ ਸਤਨਾਮ ਵਾਹਿਗੁਰੂ ਫਰੋਮ ਵਾਲੇ ਦਾ ਨਾਂ ਪਤਾ ਹੀ ਨਹੀਂ ਹੁੰਦਾ ਉੱਥੇ ਯਾਰ ਫਰੋਮ ਸਤਨਾਮ ਵਾਹਿਗੁਰੂ ਅੱਛਾ ਕੀ ਕਰਦਾ ਉਸ ਚਿੱਠੀ ਦਾ ਲਾਟਰੀ ਕਰਨਾ ਕੀ ਹੈ ਪੀਪਾ ਜਿਹਾ ਲਾਇਆ ਹੋਇਆ ਕੋਲੇ ਚ ਪਾ ਕੇ ਰੱਖ ਦੇਈਦੇ ਬਸ ਕਦੇ ਉਹ ਚਿੱਠੀ ਪੜ੍ਹ ਕੇ ਨਹੀਂ ਦੇਖੀ ਕੀ ਲਿਖਿਆ ਹੁੰਦਾ ਉਹਦੇ ਚ ਇਮਾਨਦਾਰ ਹੈ ਲਾਟਰੀ ਭਾਈ ਸਾਹਿਬ ਗਲਤ ਕੰਮ ਨਹੀਂ ਕਰਦਾ ਉਹ ਬੇੜਾ ਬਹਿ ਗਿਆ ਉਹ ਕਿਸੇ ਦਾ ਅੱਜ ਮੇਰੀ ਮੱਛੀ ਲੈ ਗਿਆ ਕੋਈ ਚੱਕ ਕੇ ਉਹ ਦੇਖ ਲੋ ਤੁਹਾਨੂੰ ਆਪਣੇ ਜੀਜੇ ਦਾ ਰੋਜ਼ ਕੋਈ ਸਮਾਨ ਚੱਕ ਕੇ ਲੈ ਜਾਂਦਾ ਲੱਭ ਜੂ ਤੇਰੀ ਲਾਟਰੀ ਦੇਖ ਲੋ ਤੁਹਾਨੂੰ ਮੈਂ ਇਮਾਨਦਾਰੀ ਵਾਲੇ ਨਾਰੇ ਤਾਂ ਬਹੁਤ ਦੇਰ ਦੇ ਸੁਣਦਾ ਮੈਂ ਹੁਣ ਤੂੰ ਤੇ ਹੈਂਗਰ ਸੱਪ ਨੂੰ ਡਸਣਾ ਬੰਦ ਕਰ ਦੇ ਚੰਗਾ ਜੀ ਚੰਗਾ ਹੈ ਆਓ ਮਤਲਬ ਵੀ ਮੈਂ ਮਾਸਟਰ ਕੀ ਕਹਿ ਕੇ ਜਾਂਦਾ ਦੱਸ ਦੱਸ ਇਹਨੂੰ ਉਹੀ ਕਹਿੰਦਾ ਰੇਟ ਚੱਕ ਦਿਓ ਸੱਪ ਦਾ ਸਮਾਨ ਲੱਭਣ ਦਾ ਐ ਨਹੀਂ ਸੁਧਰਨਾ ਸੱਪ ਨੇ
अच्छा मैनू लगदा मास्टर दा ही कारा कीता। यस यस ठीक है। ओ मास्टर ओ तू मेरी घरवाली दी मच्छी खा गया। डीसी लगना कम कार ना करी सलिया दे हड हरामी होए ने। पुत मैं तेन सारी रात डीकदा रहा तू किथे सी सेरिया। शमशेर ब्राड आ मैं दुध चुंगदा जवाक नहीं नाले जरूरी नहीं मेरी हर गल का तुहानू पता होवे। पिंकीए ओ पिंकीए डैड पिंकू ना आया मेरा बाप आ तेरा कुछ भी कह सकदा। ओ तू कॉलेज नहीं गया अज डैड पार्टी सी राती मेरे फ्रेंड दी उत्थे गया सीगा ते घर आउंदे दादा जी ने किथे गया सीगा किन्नू मिल के आया कदों आया है डैड किथे तेरा। ओ बुढ़िया दे सवाई है जे हुंदे ने हुण की प्रोग्राम है तेरा। कॉलेज जाना डैड। ओए कॉलेज ने केड़े नोट दे देने ने तू तैयार हो आज डिलीवरी देनी एक। ओके ओ मन्नत किथे कॉलेज गई डैड। हां मंते ओ जागदी के सौंगी हैं तेरे चक्करां च ते मैं सौण वेले भी नहीं सौंदी। ओए होए होए सिरा डल गया मारया भाई की आसी तू तो हर दूजे दिन इत्थे लेके आ जाना। ओ कमलीए शदैणे इश्क दी फिल्म च ना कुछ कलकेशन ना बार बार रिपीट हुंदे ने तैनू ओ नहीं पता। बहुता हीरो ना बन जिस दिन डैडी आ पिंकू नू पता लग गया ना कि मैं कॉलेज बंक करके इत्थे तैनू मिलदी आ इत्थे ही दी एंड कर देना दोहां दी फिल्म दा। ओ यार तू हार्ट बाय हार्ट गल्लां करना आईयां का हार्ट अटैक देना आईयां नाले मैं तेरे बापू दा पर्सनल जवाईया। ओके है नहीं सी अपनी मंगनी टूट चुकी है जे बहुते चाह ना व्याह कराण दा ता कुछ बन के वखा। ओ यार हुण मैं जहाज बन जा गल चलता रही है मेरी दो तीन कंपनियां नाल आजूगी मेरी सीडी फिर देखी आसी सोही हुंदी प्रोग्राम ही प्रोग्राम होने फिर देखी जाई तू करा। फिर ता तेरे कोल किन्ने सारे पैसे आ जाणगे ना होर फिर ता आपां बापू दा सारा कर्जा ला देना यार। फिर ता तू मेरे डैडी नू भी रिश्ते लई मना लेगा आहो अपने बच्चे कसौली पढ़न पावांगे। हाँ, पक्की गल है। अच्छा जी यट दिया रिसा मशकरियां कर दिया ओए ऐ नहीं होनी है बग्गी ए कॉपी करना जट्टी नू भी सिखाला नहीं ओ मेरी मन ते बस कर यार मैं फ्रोंटी होई मरिया नहीं है जद तेरे पिंड गेड़ी लाउण आईदा है जद ता तू घरों बाहर नहीं निकलदी तू कर दे कि गेड़ी मारे ना आया कर इत्थे तक ला ला ते फिर ऐ करे हुण करा अखा का शटर ना खुला ही रखी लाऊंगा दो घंटे कादी मुलाजमान दे नाल वांग दम बंदे लाईदा इदा ने कड़ा कद्दू करन जाके इदे नाल बैंक जी खड़ा हुआ गुस्सा ना करी गल इक ओए ऐ किवें ले जानगे मेरा ट्रैक्टर इन्हां दी बैंक वाले दी। चुप कर जा ऊ ही बोली जाना आ सोही दा मुंडा है आसी। चलो मुंडा आ गया हुण कोई ढंग दी गल ता करू की गंद पाया गुप्ते तीरे कदन चाके मुंह आ जाने हो साले करजे लिया बैंक तो ਕੋਈ ਮੁੱਲਦਾ ਹੀ ਲੈਣਾ ਸਾਨੂੰ ਬੈਂਕ ਨੇ ਉਹ ਗੱਲ ਸੁਣ ਸੰਧੂਆ ਜੇ ਟਰੈਕਟਰ ਕਨੀ ਝੱਕ ਕੇ ਮੈਂ ਗੱਟੇ ਵੜ ਦੂੰ ਸਾਲੇ ਦੇ ਤਮੀਜ਼ ਨਾਲ ਗੱਲ ਕਰ ਕਾਕਾ ਨਾਮ ਆਗਿਆ ਪਾਲ ਤੇ ਗੱਲਾਂ ਹੁਕਮ ਠੋਕ ਸਿੰਘ ਵਾਲੀਆਂ ਚਲੋ ਗੁਪਤਾ ਸਾਹਿਬ ਮਾਰੋ ਸੈਲਫ ਟਰੈਕਟਰ ਨੂੰ ਸੂਬੇਦਾਰ ਸਾਹਿਬ ਗੱਲ ਕਰੋ ਨਾ ਬੈਂਕ ਵਾਲਿਆਂ ਭਾਈ ਸਾਹਿਬ ਮੌਤ ਪਰ ਬੰਦਿਆਂ ਦੀ ਵੀ ਗੱਲ ਸੁਣ ਲਓ ਇਹਨਾਂ ਨੂੰ ਹਫ਼ਤੇ ਦੀ ਮੌਲਤ ਹੋਰ ਦੇ ਦਿਓ ਲੜਕਾ ਤਾਂ ਹਲੇ ਨਿਆਣਾ ਹੈ ਲੈ ਮੈਂ ਤਾਂ ਲਵਾ ਵੀ ਝੋਟੀ ਦੀਆਂ ਗੋਟ ਨਹੀਂ ਆ ਮੈਂ ਕਿਹੜੇ ਪਾਸੋਂ ਨਿਆਣਾ ਓਏ ਓਏ ਸੂਬੇਦਾਰਾ ਮੇਰਾ ਪੁੱਤ ਗੱਭਰੂ ਆਇਆ ਨਿਆਣਿਆਂ ਨੂੰ ਕਿਤੇ ਗਾ ਭੀਮ ਨੂੰ देखो जी असि अगर सरकारी नौकर सानू ता जिवें ऑर्डर होया ओवें करना नाले साडा कड़ा दिल करदा है भी असि किसे दी चीज चक के ले जाईए ओए चीज नू गाए टोफी आ है ट्रैक्टर है ट्रैक्टर जट दा ओ जट मरदा मरदू ट्रैक्टर नहीं जान दंदा मरदू नहीं पुत मार दू ही किते बजू बाबूआं दे। सोही साहब ए मामला कोई शरीके दी लागडाट या जिद दा नहीं है देखो सरकार दे पैसे ते मोड़ नहीं पैणे देखो मर्द दी गल एक मिनट मिनट वाली गल है सोही साहब या ता सानू पिंड वालियां नू गल कर लैंदो या फिर तुसी दोए गल कर लो। देखो जी बेनती है कि असी तुहानू ड्यूटी करन तो नहीं रोक सकते। माटर जी ए मरंग चिट्ठियां ने इन्हां ते मोहरां लाउण दा कोई फायदा नहीं हाथ जोड़ के एक बेनती करदे हां जी असी जे कुछ लिहाज हो सकदा ते बस साडा पिंड वालियां दा ईमान रख लो जी। तुहाडी गल बिल्कुल ठीक है पर बंदे नू बोलण दी तमीज़ तां होनी चाहीदी है ना। चलो
जे ये इस वेले बुरे तरीके नाल गल कर रहे ने, तुसी घट्टो घट इन्हां दा भला कर दिओ जी। फरीद दा बुरे दा भला कर, गुस्सा मन ना हंडाए, देही रोग ना लग गई, पल्ले सब किछ पाए। ठीक है जिवें तुसी कहिंदे कर लैणे आ, पर मैं एक गल दसदा, असीं एक हफ्ते की मुहलत दिंदे आ, जे साडियां किस्तां ना पहुंचियां तां असीं ट्रैक्टर चक के लै जांगे। चलो संधु साहब चलो। बहुत तू ऐ करी ओए, बड़ी मेहरबानी, हफ्ते बाद ही 4 महीने बाद आ जी, जट दा स्टैंड ही रहूगा। जट दा स्टैंड तां चाहे ओही रहे, पर ट्रैक्टर दा स्टैंड तां हुण बैंक च ही लगू, भावें गुस्सा ही गलती होऊगा। मैं बोदी मरदेगा मेरे हत्थों। बिंदर भैन। हाँ जी वीरे। भैने तुसी चाह बहुत स्वाद बनाने हो। फिर नहीं, मैं तो ही दस्या है भाई, चाह बहुत स्वाद बनाने हो तुसी। चाह तो मैं बना देनी है वीरे, पर तुसी चाह कट पिया करो, एदे नाल तो तुसी पानी गर्म करके पी लिया करो ना। चाह तो मैं बना देनी हूँ, पर तुसी इनी चाह ना पिया करो, एदे नाल तो पानी गर्म करके पी लिया करो ना। वे तू क्या हुक्म चाढ़ता रहना इनू, ये तो पहले नहीं रावना बहिंदी। बाणी मैं तेनू किन्ने बारी कहा ना, तू आ कपड़े कुपड़े धोण दा काम ना करया कर, पोते दी दादी बनाउणा तू मैनू, पोते दी आ मेरी धी आराम कर लै। मैं तो पोते दा नाम भी सोच रख्या, कुलतार रखूं, कुल नू तारू, पीर दी सुख सुखी है, ते डेरे वाले साथ दे भी लंगर करना सुख के आई आ। बी जी बच्चा जो भी होवे कुदरत दी देन, बच्चा ते बच्चा ही है ना। कुदरत दी ऐसी दी तैसी, जम्मना ते तू है ना, ना मैं नहीं जम्मे दो शेरां वर्गे। कुड़ी बारे ते मैं सोचा ही नहीं सी, सोचे भी मुंडे ते जम्मे भी मुंडे। बे तू की झाकदा कोठे ते खड़ा, पापा ते तुर गया तेरा पोते नू तरसदा, पर मैं नहीं मरना पोता खड़ा होए बिना। कह दे इनू, बोल गुरमुखा बोल। गुरमुखा, ओ गुरमुखा, ਕਿੱਥੇ ਦੀ ਟਿਕਟ ਕਟਾਈ ਹੋਈ ਹੈ? ਚਾਹ ਉੱਪਰ ਆਏ ਕਿ ਤੂੰ ਥੱਲੇ ਆਏਗਾ? ਮੈਂ ਆਉਣਾ ਜੀ। ਨਾਲੇ ਅੱਜ ਦੀ ਰੋਟੀ ਵੀ ਸਾਡੇ ਵੱਲ ਹੀ ਖਾ ਲਈ, ਬਿੰਦਰ ਨੇ ਸਾਗ ਤਰਿਆ ਹੋਇਆ ਹੈ ਜੀ। ਨਾਲੇ ਬਾਬੇ ਦੀ ਬਾਣੀ ਦੇ ਲੜ ਕਿੰਨੇ ਕੁ ਵਜੇ ਲੱਗਣਾ? ਬਾਣੀ ਦਾ ਲੜ ਤੇ ਹੁਣ ਕਦੇ ਛੱਡਿਆ ਹੀ ਨਹੀਂ ਜਾਣਾ ਜੀ। ਹੈ ਕੀ ਕਿਹਾ? ਮੈਂ ਕਿਹਾ ਜੀ ਮੈਂ ਖਾ ਲਾਂਗਾ ਜੀ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਲਿਖਦਾ ਕਿਹੜਾ, ਕਿਹੜਾ ਮੇਰੀ ਜਾਨ ਦਾ ਦੁਸ਼ਮਣ? ਓਏ ਲਾਟਰੀ, ਇਹ ਚਿੱਠੀ ਤੈਨੂੰ ਨਹੀਂ ਆਈ? ਕਿਸੇ ਦੀ ਚਿੱਠੀ ਪੜ੍ਹਨਾ ਬੇਈਮਾਨੀ। ਭਾਈ ਪੌਂਗ, ਤੁਸੀਂ ਦੱਸੋ ਹੁਣ ਕੀ ਕਰਾਂ ਮੈਂ? ਹੈ ਸੌ ਜਾ। ਹੈ ਜੀ ਸੌ ਜਾ। ਠੀਕ ਹੈ ਠੀਕ ਹੈ ਜੀ। Good night. ਸਤਨਾਮ ਵਾਹਿਗੁਰੂ। ਪਤਾ ਨਹੀਂ ਕੌਣ ਲਿਖਦਾ ਚਿੱਠੀਆਂ। ਓਏ ਲਾਟਰੀ ਸੌ ਜਾ, ਨਹੀਂ ਤਾਂ ਮੈਂ ਥੱਲੇ ਆ ਕੇ ਤੌੜੀ ਲਾ ਦੇਣੀ ਆ। ਸੌਰੀ ਬਾਈ। ਆ ਗੁਰਮੁਖ ਪਹਿਲਾਂ ਟਰਾਂਸਪੋਰਟ ਮਹਿਕਮੇ ਚ ਕੰਮ ਕਰਦਾ ਸੀ। ਕਿਉਂ ਕੀ ਹੋਇਆ? ਆ ਵੇਖੋ ਨਾ, ਕਦੇ ਟ੍ਰੇਨ ਬਣ ਜਾਂਦਾ, ਕਦੇ ਬੱਸ ਬਣ ਜਾਂਦਾ। ਵੈਸੇ ਨੀਤੂ ਮੈਡਮ ਇਹ ਹੈ ਕੀ? ਭੁੱਲਰ ਸਰ, ਮੈਨੂੰ ਤਾਂ ਇਹ ਜਮਾ ਹੀ ਮੈਂਟਲ ਲੱਗਦਾ। ਉਹ ਸਰ ਜੀ, ਹੁਣ ਨਾ ਸੌਦਾ ਪੁੱਤਾ ਵੱਧ ਲੱਗਣ ਲੱਗ ਗਿਆ, ਜਦੋਂ ਦੇ ਨਵੇਂ ਸਾਰ ਆਏ ਨੇ, ਜਵਾਕਾਂ ਦੀ ਹਾਜ਼ਰੀ ਵੀ ਵੱਧ ਗਈ, ਹੁਣ ਨਾ ਤੁਸੀਂ ਚੌਲਾ ਚੌਲਾ ਚ ਕੁੰਡੀ ਘੱਟ ਲਾਇਆ ਕਰੋ ਜੀ। ਤਾਂ ਇੱਥੋਂ ਹੌਲੀ ਨਹੀਂ ਬੋਲ ਹੁੰਦਾ? ਕੁੰਡੀ ਘੱਟ ਲਾਇਆ ਕਰੋ, ਕੁੰਡੀ ਘੱਟ ਲਾਇਆ ਕਰੋ। ਮੈਡਮ ਮੈਂ 2 ਮਿੰਟ ਤੱਕ ਚੌਂਕ ਤੇ ਜਾ ਕੇ ਆਇਆ, ਬਸ ਮੈਂ ਕਿਹਾ ਤੇ ਆਇਆ, ਤੁਸੀਂ ਜਦ ਤੱਕ ਟ੍ਰੇਨ ਨੂੰ ਝੰਡੀ ਦਿਓ ਕੁੰਡੀ ਨਾ ਲਾਇਆ ਕਰੋ। ਚਲੋ ਜੀ, ਹੁਣ ਤਾਂ ਰੋਟੀ ਖਾਣ ਵਾਲੇ ਆਉਣਗੇ ਜੀ। ਬਸ ਬਸ ਬਸ, ਸਟਾਪ 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 ਸਟਾਪ। ਅੱਛਾ ਬੱਚਿਓ, ਕੱਲ ਮੈਨੂੰ ਪਤਾ ਐਤਵਾਰ ਹੈ, ਠੀਕ ਹੈ ਨਾ, ਛੁੱਟੀ ਤਾਂ ਦੇਣਾ, ਪਰ ਤੁਸੀਂ ਸਾਰਿਆਂ ਨੇ ਕੁਝ ਘੰਟੇ ਕੱਢਣੇ ਆ ਬਗੀਚੇ ਵਾਸਤੇ। ਆਓਗੇ ਸਾਰੇ? ਅਸੀਂ ਨਹੀਂ ਆਉਣਾ ਸਰ ਜੀ। ਕਿਉਂ? ਕੱਲਾ ਇਹ ਸਾਥ ਦਾ ਮੇਲਾ ਹੈ ਸਰ ਜੀ। ਫੇਰ ਸਾਰਾ ਪਿੰਡ ਹੀ ਜਾਂਦਾ ਸਰ ਜੀ। ਅੱਛਾ ਸਾਰਾ ਪਿੰਡ ਜਾਂਦਾ ਹੈ? ਹਾਂ ਜੀ। ਫਿਰ ਤੁਸੀਂ ਕਿਉਂ ਨਹੀਂ ਜਾਣਾ? ਤੁਸੀਂ ਵੀ ਜਾਓ ਸਾਰੇ। ਥੈਂਕ ਯੂ ਸਰ ਜੀ। ਸਰ ਮੈਂ ਆ ਜਾਊਂਗਾ ਜੀ ਸਕੂਲੇ। ਕਿਉਂ ਪੁੱਤ, ਤੂੰ ਨਹੀਂ ਜਾਣਾ ਮੇਲੇ? ਇਹ ਕਿਹਦੇ ਨਾਲ ਜਾਊਗਾ ਸਰ ਜੀ? ਇਹਦੀ ਮੰਮੀ ਤਾਂ ਚੁੱਪ ਚੁੱਪ ਜੀ ਰਹਿੰਦੀ ਹੈ, ਤੇ ਇਹਦੇ ਡੈਡੀ ਇਹਨਾਂ ਨੂੰ ਛੱਡ ਕੇ ਭੱਜ ਗਿਆ। ਨਹੀਂ ਭੱਜੇ ਡੈਡੀ ਮੇਰੇ, ਨਹੀਂ ਭੱਜੇ। ਮੇਰੀ ਮੰਮੀ ਕਹਿੰਦੀ ਹੈ ਮੇਰਾ ਡੈਡੀ ਪੱਕਾ ਆਊਗਾ, ਪੱਕਾ ਆਊਗਾ ਮੇਰਾ ਡੈਡੀ। ਸਰ ਜੀ ਤੁਸੀਂ ਵੀ ਦੇਖ ਲਿਓ, ਪੱਕਾ ਆਊਗਾ। ਜਾਓ ਬੱਚੇ।
नानक निर्गुण गुण करे गुणवंतिया गुण दे। बाणी? हां जी। तू सारा दिन बाणी पढ़ती पढ़ती अखती नहीं? गुरमुख जी, जेड़े कारज तो इन्नी खुशी ते सुकून मिलदा होवे ओ ता अकेवें ते थकेवें नूं नेड़े नहीं लगन दिंदा। तुसी वेख्यो, जिस दिन थोनू बाणी दा ज्ञान हो गया ना, उस दिन बहुत सारे सवाल हल हो जाने। अच्छा जी। हां जी हां। ना जी ना, सवाल ता उदे हल होणगे जदों पोता हो। अज ही दोनों जने शहर जाओ ते टेस्ट करवा के आओ। डॉक्टर ने ना सारी गल हो गई है, टेस्ट ता हो ही हो, जे कुड़ी होई ता सफाई भी हो। बेबी ना 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 ना, बोलना नहीं, सिर्फ समझना ते अमल करना। समझ गए दोवे जी? बेबी बेबी बेबी। मास्टर जी, मास्टर जी। हाँ जी, हाँ, हाँ जी। क्या बात, सुख तो है? हाँ जी हाँ जी, सुख है जी। इधर आओ, आओ इधर बैठो। माफी चाहना सूबेदार साहब, पता नहीं अपने केड़े ख्यालों के वहना च बह गया सी, तुहानू सुन ही नहीं सकिया। मास्टर जी, कई गल्लां कई दुख घटनावां इह जिहियां हुंदियां है जो बंदे तो उहदा आपा खोल लैंदियां है। ए मेरी बेटी बिंदर किसी टाइम चुप ही नहीं सी रहिंदी। मैं उहनूं रेडियो कहिंदा हुंदा सीगा। हुण देख लो, हालात ने ऐसा म्यूट दा बटन दबिया है कि मेरी बेटी मिट्टी दी गुड्डी बन के रह गई है। सुखी बिंदर दे घर आला जदों इराक गया है बहुत खुश सी। तीसरे दिन उहदा फोन आ जाना, बड़ी खुशी दे दिन निकले। हो अज आंदा है, कल आंदा है, कहिंदे ने कई साल लगाते पर वो आया नहीं मुड़ के। हुण तां 10 महीने हो गए हैं ना उहदा कोई फोन आया ना कोई चिट्ठी पत्र। कोई कहिंदा है वो अमरीका नूं निकल गया है, कोई कहिंदा है इराक च अतवादी है ने। पता ही नहीं लगता, समझी नहीं पैंदी। सूबेदार साहब, घबराहट तां हुंदी है फिर बंदे नूं कुछ माड़ा सोच के। बरखुरदार फौजी हां, घबराहट तां कदे कातर दी जंग च नहीं होई मैनू, जिथे ए सीना छली हो सकदा सी। धी दा विन्या कलेजा बर्दाश्त नहीं हुंदा मैनू। बिंदर मेरे सामने तां चुप चुप जी रहिंदी है पर मैं जानता है कि जिन्नी वो शांत दिसदी है उन्नी है नहीं। मास्टर जी, मैं प्यो है उहदा, जानदा है सब कुछ। किवें लुक लुक रोंदी है वो। सुखी, सुखी मुक गया उम्मीदा, रब दा फाड़ा है पर तो खबरदाश्त नहीं होना मेरी धी तो। बड़ा प्यार करती है उस सुखी नु। सुखदा साहब, तुसी इदा करदे चंगे नहीं लगते। नानक चिंता मत करो, चिंता तिस ही है, जल मैं जंत उपायन, तिना भी रोजी दे। इना कहूंगा मैं तो जो बापा जी नू कूड़े च प्या लभ्या सी, कोई कूड़े सिट गया सी मैनू, मैनू नहीं पता मेरे माँ बाप कौन ने। बस इन्ना पता है भी बापा जी चिट्ठियां बंडन गए सी।
ਤੇ ਮੈਂ ਉਹਨੂੰ ਲੱਭ ਗਿਆ ਸੀ। ਇਹਦਾ ਪਾਪਾ ਛੜਾ ਸੀ ਜੀ, ਰੱਬ ਨੇ ਨਿਆਣਾ ਦੇ ਕੇ ਲਾਟਰੀ ਕੱਢਤੀ ਮੁਫਤੋਂ ਮੁਫਤੀ ਤੇ ਨਾ ਧਰਤਾ ਲਾਟਰੀ। ਹੁਣ ਦੱਸੋ ਤੂੰ ਮਾੜੀ ਕਿਸਮਤ ਕਿਹਦੀ ਹੋਊਗੀ, ਜਿਹਨੂੰ ਆਈ ਨੀ ਪਤਾ ਵੀ ਉਹਦਾ ਧਰਮ ਕੀ ਹੈ, ਗੋਦ ਕੀ ਹੈ, ਜਾਤ ਕੀ ਹੈ। ਲਾਟਰੀ, ਤੇਰੀ ਜਾਤ ਤਾਂ ਫਿਰ ਸਭ ਤੋਂ ਵਧੀਆ ਕਿਹੜੀ? ਮਾਨਸ, ਕਿਉਂਕਿ ਗੁਰੂ ਨਾਨਕ ਦੇ ਅਸਲੀ ਸਿੱਖ ਦੀ ਜਾਤ ਤਾਂ ਇਹੀ ਹੁੰਦੀ ਹੈ, ਮਾਨਸ ਕੀ ਜਾਤ ਸਭ ਏਕ ਏ ਪਹਿਚਾਨ। ਲਾਟਰੀ, ਤੂੰ ਇਸ ਗੱਲ ਤੇ ਜੋ ਰੋਨਾ ਭਈ ਤੈਨੂੰ ਕੋਈ ਕੂੜੇ 'ਚ ਸਿੱਟ ਗਿਆ ਸੀ, ਤੂੰ ਇਸ ਗੱਲ ਤੇ ਰੱਬ ਦਾ ਸ਼ੁਕਰ ਕਿਉਂ ਨਹੀਂ ਮਨਾਉਂਦਾ ਭਈ ਤੈਨੂੰ ਕੂੜੇ 'ਚ ਕੋਈ ਚੱਕ ਲਿਆ ਸੀ? ਰੱਬ ਦਾ ਕਿਤੇ ਮੈਨੂੰ ਟੱਕਰ ਦੇ ਨਾ ਕੱਲੇ ਨੂੰ, ਫਿਰ ਪੁੱਛਾਂ ਉਹਦੀ ਜਾਤ ਕੀ ਹੈ। ਬੈਂਕਾਂ ਵਾਲੇ ਜਦ ਤੂੰ ਤਾਂ ਮੈਨੂੰ ਪਿੱਛੇ ਲਾ ਛੱਡੇ ਨੇ, ਨਾ ਕੋਈ ਗੱਲ ਨਾ ਬਾਤ। ਗੱਲਬਾਤ ਕਿਉਂ ਨਹੀਂ ਸੋਹੀ ਸਾ? ਕਿਹਨੇ ਕਿਹਾ ਸੀ ਲੜਕੀ ਦੀ ਸ਼ਾਦੀ ਤੇ ਆਪਾਂ ਅੱਡੀਆਂ ਚੱਕ ਕੇ ਫਾਹਾ ਲਈਏ? ਕਿਉਂ ਇੰਨਾ ਕਰਜ਼ਾ ਚੱਕਿਆ? ਇਹ ਦੋ ਤਰ੍ਹਾਂ ਦੇ ਬੰਦੇ ਜ਼ਿੰਦਗੀ 'ਚ ਜ਼ਰੂਰ ਮਾਰ ਖਾਂਦੇ ਨੇ, ਇੱਕ ਤਾਂ ਜਿਹੜੇ ਸਿਰਫ ਸੋਚਦੇ ਔਰ ਕਰਦੇ ਕੁਛ ਨਹੀਂ, ਔਰ ਇੱਕ ਜਿਹੜੇ ਕਰਕੇ ਸੋਚਦੇ ਹੈ ਭਈ ਆਹ ਮੈਂ ਕੀ ਕੀਤਾ। ਮਾਸਟਰਾ, ਹੁਣ ਮੈਂ ਤੂੰ ਗਲਾਵੇਂ ਜਾਤ ਨਾ ਬੋਲੀ, ਜੇ ਤੇਰੇ ਸਿਰ ਤੇ ਮੇਰੇ ਵਾਂਗੂ ਕਰਜ਼ੇ ਦੀ ਪੰਡ ਹੁੰਦੀ ਨਾ, ਫਿਰ ਆਹ ਲੈਕਚਰ ਝਾੜਦਾ ਮਾਸਟਰੀ ਵਾਲਾ। ਸੋਹੀ ਸਾਹਿਬ, ਪਹਿਲਾਂ ਤਾਂ ਮੈਂ ਸਿਰ ਤੇ ਕਰਜ਼ੇ ਦੀ ਪੰਡ ਚੜਾਉਂਦਾ ਹੀ ਨਾ, ਜੇ ਚੜ ਵੀ ਜਾਂਦੀ ਤੇ ਟਰੈਕਟਰ ਟਰੁਕਟਰ ਦੀ ਪਰਵਾਹ ਨਾ। ਟਰੈਕਟਰ ਨਹੀਂ, ਟਰੈਕਟਰ ਟਰੈਕਟਰ ਹੁੰਦਾ ਹੈ ਜੱਟ ਦੇ ਪੁੱਤ ਵਰਗਾ। ਮਾਫ ਕਰਿਓ ਸੋਹੀ ਸਾਹਿਬ, ਪੁੱਤ ਤਾਂ ਰੱਬ ਨੇ ਤੁਹਾਨੂੰ ਇੱਕੋ ਹੀ ਦਿੱਤਾ ਹੈ, ਔਰ ਉਹਦਾ ਨਾਂ ਹੈ ਆਸੀ। ਜਿਹੜਾ ਜ਼ੋਰ ਲਾਉਣਾ ਨਾ ਉਹਨੂੰ ਬੰਦਾ ਬਣਾਉਣ 'ਤੇ ਲਾਓ। ਪਾਣੀਆਂ ਨੂੰ ਗੰਦਲੇ ਕਹਿਣ ਤੋਂ ਪਹਿਲਾਂ ਆਪਣੇ ਹੱਥਾਂ ਦੀ ਮੈਲ ਵੱਲ ਜ਼ਰੂਰ ਝਾਕ ਲੈਣਾ ਚਾਹੀਦਾ। ਜ਼ਖਮ ਦੀ ਦਵਾਈ ਲੱਭੀ ਦੀ ਹੈ ਸੋਹੀ ਸਾਹਿਬ, ਐਂ ਜ਼ਖਮ ਦੀ ਨੁਮਾਇਸ਼ ਲਾ ਕੇ ਲੋਕਾਂ ਤੋਂ ਤਰਸ ਨਹੀਂ ਇਕੱਠਾ ਕਰੀਦਾ। ਜਿਹਨੇ ਚੁੰਝ ਦਿੱਤੀ ਹੈ ਨਾ, ਚੋਗ ਤਾਂ ਉਹ ਦੇ ਹੀ ਦਿੰਦਾ। ਇੱਦਾਂ ਠੇਕਿਆਂ 'ਤੇ ਬਹਿ ਕੇ ਦਾਰੂ ਪੀ ਕੇ ਆਪਣੇ ਦੁੱਖਾਂ ਦੇ ਕੀਰਨੇ ਪਾਉਣਾ ਕੋਈ ਮਰਦਾਂ ਦਾ ਕੰਮ ਨਹੀਂ ਹੁੰਦਾ। ਜੇ ਮੈਂ ਕੋਈ ਵੱਧ ਘੱਟ ਕਹਿ ਗਈ ਜੀ ਤਾਂ ਮੈਨੂੰ ਮਾਫ਼ ਕਰ ਦਿਓ। ਮਾਫ਼ ਨਹੀਂ ਕਰਦਾ ਕਿਸੇ ਨੂੰ। ਅੱਜ ਫਿਰ ਕਿਸੇ ਦਾ ਬੇੜਾ ਬੈਠਾ, ਉਹ ਮੇਰੀ ਲੋਈ ਸਮੇਤ ਕੋਈ ਸਕੂਟਰ ਚੱਕ ਕੇ ਲੈ ਗਿਆ। ਕੌਣ ਲੈ ਗਿਆ? ਕਿ ਖਿਲਾ ਰਿਹਾ ਸੀ ਬਈ, ਕੋਈ ਚੋਰੀ ਨਾ ਕਰ ਲੈ। ਉਹ ਕਿਹੜਾ ਕਰਕੇ ਲੈ ਗਿਆ ਚੋਰੀ? ਉਹ ਮੇਰੇ ਮੇਰੇ ਹੁੰਦਿਆਂ, ਤੇਰੇ ਭਰਾ ਦੇ ਹੁੰਦਿਆਂ ਕਿਹੜਾ ਲੈ ਗਿਆ? ਮੈਂ ਲੱਭ ਕੇ ਦੇਊ, ਤੇਰਾ ਵੀਰ, ਸੱਚਾ ਵੀਰ ਸੱਚੇ, ਪਰ ਰੁਪਿਆ 200 ਲੱਗੂ। ਨਾ ਬਈ ਨਾ, ਹੈਂਗਰ ਜ਼ਿੰਦਾਬਾਦ ਨਹੀਂ, ਹੈਂਗਰ ਮੁਰਦਾਬਾਦ। ਕਿਉਂਕਿ ਹੈਂਗਰ ਔਰ ਲਾਟਰੀ ਹੈ ਜਿਹੜੇ ਰੋਜ਼ ਤੈਨੂੰ ਮਿਲ ਕੇ ਮੂਰਖ ਬਣਾਉਂਦੇ ਆ। ਇਹ ਆਪ ਹੀ ਤੇਰੀਆਂ ਚੀਜ਼ਾਂ ਪਹਿਲਾਂ ਲੁਕਾਉਂਦੇ ਆ, ਫਿਰ ਉਹੀ ਲਵਾਉਣ ਦੇ ਤੇਰੇ ਤੋਂ ਪੈਸੇ ਲੈਂਦੇ ਆ। ਉਹ ਪਿੱਛੇ ਖੜਿਆ ਸਕੂਟਰ ਤੇਰਾ, ਠੀਕ ਹੈ? ਅੱਜ ਤੋਂ ਬਾਅਦ ਜ਼ਿੰਦਾਬਾਦ ਨਹੀਂ, ਹੈਂਗਰ ਤੇ ਲਾਟਰੀ ਮੁਰਦਾਬਾਦ। ਉਹ ਸੌਰੀ ਯਾਰ, ਸੌਰੀ। ਗੁਰਮੁਖ ਸਰ ਨਾ ਮੇਲੇ ਤੇ ਚੱਲੇ ਆ, ਮੈਂ ਉਹਨਾਂ ਨਾਲ ਚਲਾ ਜਾਵਾਂ। ਉਹ ਬੋਲੋ ਮਹਾਰਾਜ ਕੁਛ। ਤੇਰੀ ਖੁਸ਼ੀ ਲਈ ਤਾਂ ਮੈਂ ਚਾਹੁੰਦੀ ਹਾਂ। ਅੱਛਾ, ਫਿਰ ਮਿੱਠੂ ਜੱਟ ਦਾ ਕੁੜਤਾ ਪਜਾਮਾ ਕੱਢ ਦਿਓ, ਮੈਂ ਆਇਆ ਨਹਾ ਕੇ। ਆ ਜਾ ਜਾ ਸਰ ਜੀ, ਤੁਸੀਂ ਧੱਕੇ ਨਾਲ ਜੋਗਿੰਗ ਕਰਾ ਰਹੇ ਹੋ। ਲੈ ਆਪੋ ਤੋਂ 2 ਕਿਲੋਮੀਟਰ ਦੂਰ ਤਾਂ ਮੇਲਾ ਸਾਰਾ ਆਪਣੇ ਪਿੰਡ ਤੋਂ, ਹਨ 1/2 ਕਿਲੋਮੀਟਰ ਆਪਾਂ ਆ ਵੀ ਗਏ। ਕਿਉਂ ਥੱਕ ਗਿਆ ਤੂੰ? ਓਹੋ ਸਰ ਜੀ, ਗੱਲ ਥੱਕਣ ਦੀ ਨਹੀਂ ਆ, ਮਿੱਠੂ ਜੱਟ ਦੀ ਟੌਰ ਖਰਾਬ ਹੁੰਦੀ ਆ ਤੇ ਹਾਂ ਡਸਟ ਵਾਲਾ ਪਾਊਡਰ ਫ੍ਰੀ 'ਚ ਹੀ ਮੇਕਅਪ ਕਰੀ ਜਾਂਦਾ, ਸਮਝਿਆ ਕਰੀਦਾ ਨਾ, ਟ੍ਰਾਈ ਟੂ ਅੰਡਰਸਟੈਂਡ। ਤੈਨੂੰ ਗੱਲਾਂ ਬੜੀਆਂ ਆਉਂਦੀਆਂ ਵਾ। ਸਰ ਜੀ ਦੇਖੋ, ਡੈਡੀ ਤਾਂ ਹੁਣ ਸਾਡਾ ਆਉਂਦਾ ਨਹੀਂ, ਜੇ ਗੱਲਾਂ ਨਹੀਂ ਆਉਣਗੀਆਂ ਫਿਰ ਤਾਂ ਜੱਟ ਇਕੱਲੇ ਹੀ ਰਹਿ ਜੂ। ਨਾ ਪੁੱਤ, ਆਜੂ ਡੈਡੀ ਵੀ, ਤੇਰੀ ਗੱਲ ਚੱਲ ਤਾਂ ਰਹੀ ਹੈ ਬਾਬਾ ਜੀ ਨਾਲ, ਹਨਾ? ਸਰ ਜੀ ਬਾਬਾ ਜੀ ਤਾਂ ਨਾ ਹਲੇ ਅਰਦਾਸਾ ਹੀ ਕਰਾ ਰਹੇ ਆ। ਵੈਸੇ ਸਰ ਜੀ ਤੁਹਾਡੇ ਡੈਡੀ ਕੀ ਕੰਮ ਕਰਦੇ ਆ? ਮੇਰੇ ਡੈਡੀ ਦੀ ਨਾ ਪੁੱਤ, ਬਾਬਾ ਜੀ ਕੋਲ ਪੱਕੀ ਡਿਊਟੀ ਲੱਗੀ ਹੋਈ ਹੈ। ਅੱਛਾ, ਇਹਦਾ ਮਤਲਬ ਤੁਹਾਡੇ ਡੈਡੀ ਜੀ ਦੀ ਯੈਸ ਹੋ ਗਈ। ਯੈਸ ਨਹੀਂ ਪੁੱਤ, ਡੈਥ ਹੋ ਗਈ ਉਹਨਾਂ ਦੀ। ਡੈਥ ਕਹਿੰਦੇ ਸਰ ਜੀ? ਬੈਡ ਸ਼ਬਦ ਆ, ਮੈਂ ਹਜੇ ਸ਼ਬਦ ਨਾ ਯੂਜ਼ ਨਹੀਂ ਕਰਦਾ। ਵੈਸੇ ਸਰ ਜੀ ਤੁਸੀਂ ਆਪਦੇ ਡੈਡੀ ਜੀ ਨਾਲ ਮੇਲਾ ਦੇਖਣ ਜਾਂਦੇ ਸੀ? ਮੈਂ ਤਾਂ ਪੁੱਤ ਮੇਲਾ ਹੀ ਆਪਣੇ ਡੈਡੀ ਜੀ ਦੇ ਨਾਲ ਦੇਖਣ ਜਾਂਦਾ ਹੁੰਦਾ ਸੀ, ਡੈਡੀ ਦੇ ਕਨੇੜੇ ਚੜ ਕੇ ਮੇਲਾ ਦੇਖਣ ਜਾਣਾ।
ਮੇਲਾ ਐਡਾ ਵੱਡਾ ਦਿਸਦਾ ਹੁੰਦਾ ਸੀ ਡੈਡੀ ਦੇ ਕਨੇੜੇ ਚੜ ਕੇ। ਉੱਥੇ ਚੰਡੋਲ ਝੂਟਣੀ, ਉੱਥੇ ਪਕੌੜੇ ਖਾਣੇ, ਕੁਲਫਾ ਖਾਣਾ, ਡੈਡੀ ਜੀ ਆਹ ਲੈ ਦੋ, ਡੈਡੀ ਜੀ ਆਹ ਲੈ ਦੋ। ਤੈਨੂੰ ਪਤਾ ਡੈਡੀ ਕੀ ਹੋਇਆ ਮਿੱਠੂ, ਰੁਕ ਗਿਆ, ਮੇਲੇ ਨਹੀਂ ਜਾਣਾ? ਸਰ ਜੀ ਮੈਂ ਮੇਲਾ ਨਹੀਂ ਦੇਖਣਾ। ਕਿਉਂ? ਹੁਣ ਤਾਂ ਮੈਂ ਮੇਲਾ ਕਨੇੜੇ ਚੜ ਕੇ ਦੇਖੂ। ਆ ਜਾ ਪੁੱਤ ਮੇਰਾ, ਫਿਰ ਆ ਜਾ, ਬਹਿ ਜਾ ਕਨੇੜੇ ਆ। ਤੁਹਾਡੇ ਨਹੀਂ ਸਰ ਜੀ, ਆਪਦੇ ਡੈਡੀ ਦੇ। ਇਹ ਗੱਲ ਮਿੱਠੂ ਦੀ ਪੱਕੀ ਆ, ਕੱਚੀ ਨਹੀਂ। ਮਿੱਠੂ, 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 ਬਾਬਾ ਜੀ ਡੈਡੀ ਤਾਂ ਮੇਰੇ ਹੈਗੇ ਆ, ਹੈਗੇ ਆ ਨਾ, ਫਿਰ ਉਹਨਾਂ ਨੂੰ ਸਾਡੇ ਨਾਲ ਮਿਲਾ ਦਿਓ। ਮੇਰੀ ਮੰਮੀ ਚੋਰੀ ਚੋਰੀ ਰੋਂਦੀ ਰਹਿੰਦੀ ਆ, ਉਹਨੂੰ ਦੂਜੇ ਬੱਚਿਆਂ ਦੀਆਂ ਮੰਮੀਆਂ ਵਾਂਗ ਹੱਸਣ ਲਾ ਦਿਓ। ਨਹੀਂ ਤਾਂ ਦੇਖ ਲਓ ਮਿੱਠੂ ਦੀ ਤੁਹਾਡੇ ਨਾਲ ਨਾ ਕੱਟੀ ਹੋ ਜਾਣੀ ਆ। ਰਾਤ ਨਾ ਮੈਂ ਇੱਕ ਸੁਪਨਾ ਵੇਖਿਆ ਕਿ ਮੈਂ ਤੇਰੀ ਪੱਗ ਦੀ ਪੂਣੀ ਕਰਾ ਰਹੀ ਹਾਂ। ਹਾਏ ਮੇਰਾ ਬਸ ਸਿਰਾ ਫੀਲਿੰਗ ਫੇਰ ਬਈ। ਫੇਰ ਕੀ, ਤੂੰ ਮੇਰੀ ਅੱਖਾਂ ਵਿੱਚ ਦੇਖ ਕੇ ਪੱਗ ਬਣ ਰਿਹਾ ਸੀਗਾ। ਫਿਰ ਅਖੀਰਲਾ ਲੜ ਤਾਂ ਵਾਲਾ ਔਖਾ ਲੱਗਿਆ ਹੋਊ ਨਾ, ਮਤਲਬ ਮੈਂ ਸੋਚਦਾ ਹਾਂ ਵੀ ਤੇਰੀਆਂ ਅੱਖਾਂ 'ਚ ਸੈੱਟ ਹੋਵਾਂ ਕੇ ਪੱਗ ਸੈੱਟ ਕਰਾਉਣਾ। ਪਤਾ ਨਹੀਂ ਫਿਰ ਤੂੰ ਕਹਿਣ ਲੱਗ ਪਿਆ ਕਿ ਮੈਂ ਸ਼ੋਅ 'ਤੇ ਜਾਣਾ ਅਤੇ ਲੋਕਾਂ ਨੂੰ ਕਿਹਾ ਆਟੋਗ੍ਰਾਫ ਬਾਅਦ 'ਚ ਲੈਣ। ਹਾਂ ਫਿਰ ਜਾਣ ਕੇ ਮੈਂ ਸਟਾਰ ਤਾਂ ਫਿਰ ਬਣੇ ਜਾਊਂਗਾ, ਫਿਰ ਲੋਕ ਹੀ ਵਿਕਾਸ ਆਇਆ ਕਰਨਗੇ, ਫੋਟੋਆਂ ਕਰਾਉਣ ਵਾਲੇ, ਸ਼ੋਅ ਬੁੱਕ ਕਰਨ ਵਾਲੇ, ਨਾਲੇ ਆਹ ਜਿਹੜਾ ਆਪਣਾ ਜੈਂਤੀ ਮਾਜਰਾ ਪਿੰਡ ਨਾ, ਇਹ 80 ਦਾ ਪਿੰਡ ਵੱਜਿਆ ਕਰੂਗਾ, ਦੇਖੀ ਜਾਈ ਤੂੰ। ਹਲੇ ਗੱਲਾਂ ਹੀ ਨੇ, ਤੈਨੂੰ ਕਿਸੇ ਕੰਪਨੀ ਵਾਲੇ ਨੇ ਬੁਲਾਇਆ ਤਾਂ ਹੈ ਨਹੀਂ? ਉਹ ਬੁਲਾਇਆ ਸੀ ਯਾਰ ਇੱਕ ਨੇ, ਕਹਿੰਦਾ ਗਾਉਣਾ ਤਾਂ ਤੂੰ ਬਹੁਤ ਵਧੀਆ ਬਈ, 20 ਲੱਖ ਲੱਗੂ, ਕੱਢ ਦਿੰਦੇ ਹਾਂ ਸੀਡੀ। ਫਿਰ ਕੀ ਬਸ ਕੱਢੀਆਂ ਗਾਲਾਂ ਸਾਲਿਆਂ ਨੂੰ? ਫਿਰ ਮੈਂ ਗਾਲਾਂ ਕੱਢਣ ਨਾਲ ਆਪਣੀ ਗੱਡੀ ਲੀ ਤੇ ਨਹੀਂ ਆਉਣੀ। ਉਹ ਲੈ ਉਹ ਲੀ ਤੇ ਤਾਂ ਆ ਗਈ ਸਮਝੋ, ਆਹ ਕਦੇ ਫਾਰਚੂਨਰ, ਆਹ ਕਦੇ ਮਰਸੈਡੀ, ਆਹ ਕਦੇ BMW। ਗੱਡੀ ਜ਼ੁਬਾਨ ਨਹੀਂ ਖੋਲਣੀ, ਕਿਉਂਕਿ ਅੱਜ ਬੋਲਿਆ ਹੋਇਆ ਤੇਰਾ ਇੱਕ ਵੀ ਲਫ਼ਜ਼ ਮੈਨੂੰ ਜਲਾਦ ਬਣਾ ਸਕਦਾ, ਕਿਉਂਕਿ ਮੇਰੀ ਧੀ ਹੀਰ ਦੀਆਂ ਬਾਤਾਂ ਨਹੀਂ ਪਾ ਸਕਦੀ। ਜੇ ਉਹ ਸਰਾਹ ਤੁਰੀ ਨਾ ਤੇ ਤੈਨੂੰ ਤੇ ਉਹਨੂੰ ਇਹਨਾਂ ਰਾਹਾਂ 'ਚ ਕਿਤੇ ਦਫ਼ਨ ਕਰਕੇ ਰੱਖ ਦੂੰਗਾ। ਔਰ ਇੱਕ ਗੱਲ ਹੋਰ, ਇਹ ਗੱਲ ਮੈਂ ਤੈਨੂੰ ਦੁਬਾਰਾ ਨਹੀਂ ਕਹਿਣੀ। ਡੈਡੇ ਦਾ ਕਾਲਜ ਖਤਮ, ਬਹੁਤ ਹੋ ਗਈਆਂ ਪੜ੍ਹਾਈਆਂ, ਹੁਣ ਇਹਨੂੰ ਸਿਰਫ ਇੱਕ ਡਿਗਰੀ ਮਿਲੋ ਵਿਆਹ ਦੀ। ਅਸੀਂ
ਜਿਉਂਦੀ ਹੈ ਮਰੀ ਨਹੀਂ ਬਾਪਾ ਮੈਂ ਉਹਦਾ ਨਹੀਂ ਦੁਸ਼ਮਣ ਹੈ ਤੂੰ ਸਾਡਾ ਵੀ ਤੇ ਆਪਣੇ ਆਪ ਦਾ ਵੀ ਤੇਰਾ ਇਹ ਦੋ ਨੰਬਰ ਦਾ ਧੰਦਾ ਤੇ ਆ ਜ਼ੁਲਮ ਖੂਨ ਦੇ ਹੰਝੂ ਰਵਾਓ ਤੈਨੂੰ ਪਿੰਡ ਚ ਪੋਰਾ ਇੱਜ਼ਤ ਨਹੀਂ ਰਹੀ ਓਏ ਮੇਰੇ ਵਰਗੇ ਸਾਨ ਬੰਦੀ ਇਹੋ ਜਿਹਾ ਕੰਮ ਕਰ ਸਕਦੇ ਨੇ ਤੇਰੇ ਪਿੰਡ ਦੀ ਖੱਸੀ ਜਨਤਾ ਸਿਰਫ ਗੱਲਾਂ ਕਰ ਸਕਦੀ ਹੈ ਤੇ ਤੂੰ ਕਿਹੜੀਆਂ ਇੱਜ਼ਤ ਦੀਆਂ ਗੱਲਾਂ ਕਰਦਾ ਹੈ ਓਏ ਮੇਰੇ ਵਿਆਹ ਤੇ ਪਿੰਡ ਦਾ ਪੰਚ ਨਹੀਂ ਸੀ ਸੱਦ ਹੋਇਆ ਤੇਤੋਂ ਜਿੱਦਣ ਤੂੰ ਮਰੇਗਾ ਨਾ ਸੀਐਮ ਆਊਗਾ ਸੀਐਮ ਜਦੋਂ ਪਰਛਾਵਾਂ ਕੱਦ ਨਾਲੋਂ ਤੇ ਗੱਲਾਂ ਔਕਾਤ ਨਾਲੋਂ ਵੱਡੀਆਂ ਹੋਣ ਲੱਗ ਜਾਣ ਤਾਂ ਸਮਝੋ ਸੂਰਜ ਡੁੱਬਣ ਵਾਲੀ ਹੈ ਧੀਏ ਇੱਕ ਖੂਹ ਤੇ ਇੱਕ ਆਸ਼ਿਕ ਦੋਵਾਂ ਦੀ ਗਹਿਰਾਈ ਦਾ ਅੰਦਾਜ਼ਾ ਲਾਉਣਾ ਬੜਾ ਔਖਾ ਹੁੰਦਾ ਸੌਖਾ ਤਾਂ ਇਸ਼ਕ ਕਰਨਾ ਵੀ ਨਹੀਂ ਇਸ਼ਕ ਤਾਂ ਵੀ ਡਾਢਾ ਹੀ ਔਖਾ ਆ ਤੂੰ ਹੀ ਤਾਂ ਵੇਖ ਲੈ ਇਸ਼ਕ 'ਚ ਡੈਂਟਿੰਗ ਪੇਂਟਿੰਗ ਕਰਾਈ ਫਿਰਦਾ ਕਿ ਨਹੀਂ ਚੰਗਾ ਸ਼ਿੰਗਾਰਿਆ ਅਗਲਿਆਂ ਨੇ ਜੱਟ ਕਨੀ ਤਾਂ ਝਾਕਦੇ ਵੀ ਲੋਕੀ ਪੁੱਛ ਕੇ ਆ ਹੱਥ ਕਿਹੜਾ ਲਾਜੂ ਖਿਲਾਰ ਕਿਹੜੀ ਰੱਖ ਦੂੰ ਆਇਆ ਵੱਡਾ ਇਹ ਦੇਖ ਵੀ ਕਾਕਾ ਇੱਕ ਤਾਂ ਨਸ਼ੇੜੀ ਉੱਤੋਂ ਕੁੜੀ ਦੇ ਭਾਈ ਕੁੱਟਿਆ ਬਹੁਤ ਬਿਕਰ ਖੋ ਕੇ ਉਹਨਾਂ ਨੇ ਸ਼ੁਕਰ ਕਰ ਵੀ ਮੈਂਟਲਾਂ ਹੱਥੋਂ ਬਚ ਗਿਆ ਤੂੰ ਗੱਲ ਸੁਣ ਜਦ ਤੁਹਾਡਾ ਰਿਸ਼ਤਾ ਹੀ ਟੁੱਟ ਗਿਆ ਤੁਹਾਨੂੰ ਪਤਾ ਵੀ ਵਿਆਹ ਹੋਣਾ ਹੀ ਨਹੀਂ ਤੇ ਫਿਰ ਤੂੰ ਤੇ ਮੰਨਤ ਕਿਉਂ ਆ ਕੁੰਡਲੀਆਂ ਜਿਹੀਆਂ ਮਿਲਾਉਂਦੇ ਫਿਰਦੇ ਹੋ ਯਾਰ ਮੈਂ ਤੇ ਮੰਨਤ ਇੱਕ ਦੂਜੇ ਨੂੰ ਜਾਣਦੇ ਵੀ ਨਹੀਂ ਸੀ ਬਾਪੂ ਉਹਨਾਂ ਨੇ ਆਪਣੀ ਯਾਰੀ ਦੋਸਤੀ ਦੇ ਚੱਕਰ ਸਾਡਾ ਵਿਆਹ ਪੱਕਾ ਕਰਤਾ ਤੇ ਜਦੋਂ ਇੱਕ ਦੂਜੇ ਨੂੰ ਚਾਹੁਣ ਲੱਗ ਪਏ ਤੇ ਕਹਿੰਦੇ ਰਿਸ਼ਤੇ ਨੂੰ ਜਵਾਬ ਦੇ ਦਿਓ ਹੱਦ ਆ ਯਾਰ ਰਿਸ਼ਤਾ ਤਾਂ ਕਿਤੇ ਰਾਹ ਜਾਂਦੇ ਨਾਲ ਬਣ ਜੂ ਉੱਥੇ ਜਵਾਬ ਦੇਣਾ ਔਖਾ ਹੋ ਜਾਂਦਾ ਇਹ ਤਾਂ ਫਿਰ ਮੂੰਹ ਦਾ ਰਿਸ਼ਤਾ ਯਾਰ ਇਹ ਕਿਵੇਂ ਟੁੱਟ ਜੂ ਇਹਦਾ ਮਤਲਬ ਇਸ਼ਕ ਦਾ ਸਿਓ ਖਾਣ ਦਾ ਦਿਲ ਕਰਦਾ ਹਾਂ ਉਹ ਇਸ਼ਕ ਹੈ ਕੋਈ ਡੀ ਜੇ ਵਾਲਾ ਗਾਣਾ ਥੋੜ੍ਹੀ ਆ ਵੀ ਘੜੀ ਕੁ ਨੱਚ ਲਏ ਭੁੱਲ ਗਏ ਬਾਅਦ 'ਚ ਪੱਕੀ ਧਾਰ ਰੱਖੀਏ ਫਿਰ ਮੰਨਤ ਨੂੰ ਪਾਉਣ ਦੀ ਆਪਾਂ ਤਾਂ ਯਾਰ ਨੂੰ ਹੀ ਰੱਬ ਮੰਨਿਆ ਬਾਈ ਠੀਕ ਹੈ ਬਾਕੀ ਫਿਰ ਰੱਬ ਮੰਨ ਲੈਂਦਾ ਹੁੰਦਾ ਮਹਾਰਾਜ ਕਹਿੰਦੇ ਆ ਨਾ ਸਤਿਗੁਰ ਹੋਏ ਦਿਆਲ ਤਾਂ ਸਰਧਾ ਪੂਰੀ ਹੈ ਸਤਿਗੁਰੂ ਹੋਏ ਦਿਆਲ ਨਾ ਕਬ ਹੂੰ ਚੂਰੀ ਹੈ ਸਤਿਗੁਰੂ ਹੋਏ ਦਿਆਲ ਤਾਂ ਦੁੱਖ ਨਾ ਜਾਣੀ ਹੈ ਸਤਿਗੁਰੂ ਹੋਏ ਦਿਆਲ ਤਾਂ ਹਰ ਰੰਗ ਮਾਣੀ ਹੈ ਸੱਚਿਆਈ ਤੇ ਕਾਇਮ ਰਹੀਦਾ ਬਸ ਜਵਾਨਾ ਮਿਲਦੇ ਹਾਂ ਜ਼ਿੰਦਗੀ 'ਚ ਜੋ ਵੀ ਕਰਨਾ ਨਾ ਪੁੱਤ ਇੱਥੋਂ ਦਿਲ ਨਾਲ ਕਰਨਾ ਉਮੀਦ ਨਾਲ ਕਰਨਾ ਮਜ਼ਬੂਤ ਇਰਾਦੇ ਦੇ ਨਾਲ ਕਰਨਾ ਪੂਰੇ ਚਾਅ ਨਾਲ ਕਰਨਾ ਕਿਉਂਕਿ ਕੁਦਰਤ ਕਈ ਵਾਰੀ ਨੇੜੇ ਹੋ ਕੇ ਸੁਣਦੀ ਹੈ ਇੱਕ ਵਾਰੀ ਇੱਕ ਬੰਦਾ ਨਾ ਮਿੱਟੀ ਦਾ ਖਡੌਣਾ ਲੈ ਕੇ ਬਹਿ ਗਿਆ ਲੱਗ ਪਿਆ ਉਹਦੀਆਂ ਮਿੰਨਤਾਂ ਕਰਨ ਸੋਨੇ ਦਾ ਹੋ ਜਾ ਸੋਨੇ ਦਾ ਹੋ ਜਾ ਸੋਨੇ ਦਾ ਹੋ ਜਾ ਸੋਨੇ ਦਾ ਹੋ ਜਾ ਸ਼ਾਮ ਨੂੰ ਜਾ ਕੇ ਅੱਕ ਗਿਆ ਥੱਕ ਗਿਆ ਦੁਖੀ ਹੋ ਕੇ ਕਹਿੰਦਾ ਉਹ ਸਹੁਰਿਆ ਸੋਨੇ ਦਾ ਨਹੀਂ ਹੋਣਾ ਤਾਂਬੇ ਦਾ ਹੀ ਹੋ ਜਾ ਉਦੋਂ ਕਿਤੇ ਕੁਦਰਤ ਨੇੜੇ ਹੋ ਕੇ ਸੁਣਦੀ ਸੀ ਝੱਟ ਦੇਣੀ ਉਹ ਖਡੌਣਾ ਤਾਂਬੇ ਦਾ ਹੋ ਗਿਆ ਫਿਰ ਲੱਗ ਪਿਆ ਪਛਤਾਉਣ ਮੱਥੇ 'ਤੇ ਹੱਥ ਰੱਖ ਕੇ ਵੀ ਆਹ ਕੀ ਕਰ ਬੈਠਾ ਮੈਂ ਬਈ ਮੈਂ ਤਾਂ ਆਹੀ ਕਹੀ ਜਾਂਦਾ ਸੋਨੇ ਦਾ ਹੋ ਜਾ ਸੋਨੇ ਦਾ ਹੋ ਜਾ ਸੋਨੇ ਦਾ ਹੋ ਜਾ ਤਾਂ ਹੁਣ ਸੋਨੇ ਦਾ ਹੋ ਜਾਣਾ ਸੀ ਸੋ ਦਾ ਨੁਕਸਾਨ ਕਿੱਥੇ ਹੋਇਆ ਪੁੱਤ ਜਿੱਥੇ ਉਹਦਾ ਇਰਾਦਾ ਢਿੱਲਾ ਪੈ ਗਿਆ ਠੀਕ ਹੈ ਸੋ ਬੱਚਿਓ ਇਰਾਦਾ ਢਿੱਲਾ ਨਹੀਂ ਪੈਣਾ ਵੈਰੀ ਗੁੱਡ ਹੁਣ ਬਾਕੀ ਕਲਾਸ ਆਪਾਂ ਬਾਹਰ ਲਾਉਣੀ ਹੈ ਠੀਕ ਹੈ ਚਲੋ 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 ਕਿੱਦਾਂ ਮਾਸਟਰ ਜੀ ਬੜੀ ਮਿਹਰਬਾਨੀ ਸਰ ਤੁਸੀਂ ਦੱਸੋ ਜੀ ਰਿਟਾਇਰਮੈਂਟ ਤੋਂ ਬਾਅਦ ਕਿਤੇ ਕੋਈ ਡੇਰਾ ਡੂਰਾ ਖੋਲਣ ਦਾ ਇਰਾਦਾ ਤਾਂ ਨਹੀਂ ਸਕੂਲ ਨੂੰ ਸਕੂਲ ਹੀ ਰਹਿੰਦੇ ਹੋ ਬਾਬਿਓ ਆ ਮੈਂ ਜ਼ਰਾ ਦੋ ਕੁ ਮਿੰਟ ਆਇਆ ਕਮੇਟੀ ਦੀ ਬੋਲੀ ਹੈ ਧਿਆਨ ਰੱਖਿਓ ਮੇਰੀ ਕਲਾਸ ਦਾ ਬੜੀ ਖੱਪ ਪਾਉਂਦੇ ਆ ਮੈਂ ਬਸ ਗਿਆ ਤੇ ਆਇਆ ਤੇਰਾ ਲਿਖਿਆ ਵਿਅਰਥ ਨਹੀਂ ਜਾਊਗਾ ਪੁੱਤ
लाटरी लाटरी तो तेरा छोटा नाम होया, वड्डा नाम की है तेरा? वड्डा लाटरी। अच्छा ये होए की होया भाई? ओए साडा गोद है ही। अब हैंगर। हाँ जी। तू इसे धरती दे गेड़े दे दे के केड़ियां गिनतियां मिनतियां च पिया? चाह नहीं पियानी अज भाई? ओ प्या दिने आ मास्टर जी, इधर खंड वाला डब्बा गवाच गया। लभ दिने आ पर रुपया 100 लगू। खड़ जा किरो वड्या सप्पो, तेरी मेदो सीम। ओ बल्ले हैंगर दा कुत्ता हैंगर नहीं बूं बूं हुण बड़ा टपदा है, दुख लगे आपदी आ नहीं? देखो जी जदों अपने डंग वजदा तकलीफ तां उदों ही हुंदी है। सप्प हां जी दे भी खंड वाला डब्बा हैंगर दा। ला भाई चक डब्बा, आज एक कप नहीं दो कप चाह दे बना के लिया। ठीक है हां मतलब? मतलब की मार्डर बाड़ पड़ा गया अपन, कोई ना अपनी बारी भी आऊ कदे। लाटरी। हाँ जी। हाँ जी। वारी तो तेरी मित्र प्यारे बहुत सोहनी आने वाली है। क्यों है? वो जिहड़ा सतनाम वाहिगुरू नूं चिट्ठियां लिखदा सी ना, उहदा पता लग गया? ना लग गया नहीं। नहीं नहीं मैं कह रहा कि उहनूं लभ लिया। ना मैं क्यों लभा? नहीं नहीं मैं लाटरी तेनूं इह कह रहा कि मैं उहदा पता ला लिया जिहड़ा सतनाम वाहिगुरू नूं चिट्ठियां लिखदा है। कौन कौन? मेरी क्लास की एक बच्ची है ज्योति, वो लिखती है सतनाम वाहिगुरु जी नूं चिट्ठियां। मां गुजर गई सी उहदी, इस पिंड अपने नाने नानी कोल रहिंदी है। 2 साल तो अपनियां चिट्ठियां ते जवाब उड़ीकदी है बेचारी। कमली है गुड़ी, और जेड़ी चिट्ठी पहुंचनी नहीं मास्टर जी, उहदा जवाब कौन कौन लिखूगा? जवाब तो लाटरी उहदा सतनाम वाहिगुरु ही लिखेगा। सतनाम? सतनाम वाहिगुरु किथे है? सतनाम वाहिगुरु आ देख, उहदा अपने बंडल बचन है। उहदे च सतनाम वाहिगुरु, मेरे च सतनाम वाहिगुरु, ज्योति च सतनाम वाहिगुरु, और तेरे च भी है सतनाम वाहिगुरु। हुण पता नहीं कि सतनाम वाहिगुरु ने किदे तो चिट्ठी लिखा लेनी है। आ फड़ तेरी अमानत, हुण चाहे पी ते चाहे डोल दे, तेरी मर्जी है। चंगा जी। मास्टर ने तेरे कान च की किया मैनू नहीं पता, पर शरेआम बोलण वाला बंदा जदों कान च गल करदा फिर मसला कोई आम नहीं हुंदा। आओ पुत जटां दा हलवाऊं दा वड्डे तड़के दा, आओ तेरी अखां मूरे कम दी जरूरत प्यारी। ओए हां वी डड, कदे कठे ते कदे अड है। अरे भाई इतना सन्नाटा क्यों है? मार दे करा शैदर के मिठे जे बोल सुना के। हैं आसिक मैंनो भूल जाई हमेशा ले। अच्छा मैं क्या हुणी भूल जा के बाजा पासे रख के भुला भाई? ऐ हसता रही, कल मेरी एंगेजमेंट है, हो सके तो मैंनो माफ कर दे। ओ हेलो 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 ओ हेलो मोटरसाइकिल लेके आऊ, रैली करके घर ही छद के आऊ, जे रोंग नंबर लग जाए तो मैनू फड़ दे। गल एक
वैसे लाला जी हाँ जी कोई काम रह गया सी तो भी विच्चे ही ऐड कर लेना सी बाकी तो है गए ये सारे आलमोस्ट ओ की करिए मास्टर जी लोड़ा ही बहुत ने नाले जे कोई होर काम भी कर सकता होया तो वो भी दस्यो हुण पुरानी हट्टी दे तां जाणू रहे नाले देश में तनू बड़ा जनरल स्टोर भी खोल के देना है ना गल है एक ना मैनू क्यों नहीं खोल के देना ओ मेरे घाटे दे सौदे आ ओ मेरे रोंग नंबर आ तेरा ना ही देश में तो है पेट्रोल दा तेरा पुठा ना है नाले पेट्रोल ना की रखदा तेरा तू तो दूए अग फल लग गया गल है एक ओ बुद्धि ओ भी पई यार 2 किलो पा देना ते आलू पा दे किलो का ठीक है सोही साहब ये बोधी की हुंदा जी एको पिंड दे हो सत्कार दे हो एक दूसरे नु गुरमुखो हैं शंभूनाथ जी को लाला जी को सेठ जी को ओ बस कर यार मास्टर मेरी किस्मत ने मेरा पहला मजाक बनाया पया उतो तू सिर खाई जाना कि किस्मत ना चार अखरों दा एक शब्द है जिन्हू तेरे वर्गे कमजोर ते नालायक पहाड़ बना के सिर दे उत्ते रख लैंदे आ एक लाला शंभूनाथ जी है किस्मत दा घोड़ा बना के जिंदगी दे नवे सफर ते हो तुरे आ चोरां ने भरी भराई दुकान खाली करती सी ना लाला जी ने जहर पीता ना ही किस्मत दा रोना रोया जवान जहान है लाला जिंदगी नू अगे क्यों वेला फिरदा रहना खुशियां बीत जवाना हासे उगणगे हासे बेहिमते ने जो शिकवा करन मुकदरां दा उगण वाले उग पैंदे ने पाड़ के सीना पत्थरां दा ऑटोमोटर ससरीकाल नमस्कार जी ससरीकाल जी ससरीकाल ਬੇਬੋਦੀ ਆ ਟਮਾਟਰ ਕਿਵੇਂ ਲਾਏ ਨੇ ਚਣਕੇ ਬੇ ਦੇਂਗਾ ਕਿਵੇਂ ਤੋਲ ਕੇ ਦਿਓ ਹੋਰ ਤੈਨੂੰ ਆਈ ਫੜਾ ਦੂੰ ਚੱਲ ਪਾਨੀ ਆਂਟੀ ਜੀ ਸ਼ੰਭੂਨਾਥ ਕਹੋ ਚੰਗਾ ਸ਼ੰਭੂ ਚਾਚਾ ਜੀ ਚੰਗਾ ਵੀ ਹੈ ਲਿਖ ਲੈ ਫਿਰ ਹੈ ਕਿਉਂ ਮੈਂ ਬਸਦਾ ਵਾ ਹੈ ਪਾਨੋ ਆਂਟੀ ਜੀ ਵੀ ਅੱਗੇ ਤਾਂ ਮੈਨੂੰ ਕਮਲੀ ਦੱਸਦਾ ਸੀ ਇਹ ਵੇ ਕਦੋਂ ਤੋਂ ਉਹ ਸਹੀ ਨੰਬਰ ਹੋ ਮਿਲਿਆ ਉਹ ਮੈਂ ਤਾਂ ਆਪ ਤਾਜ਼ਾ ਸ਼ੰਭੂ ਚਾਚਾ ਬਣਿਆ ਮਾਸਟਰ ਜੀ ਜਿਹੜੇ ਰਾਹ ਆਏ ਆ ਉਸੇ ਰਾਹ ਬੈਕ ਹੋ ਜਾਓ ਕੀ ਗੱਲ ਹੋ ਗਈ ਅੱਜ ਪਿਆਉਣ ਵਾਲੇ ਵੀ ਪੀ ਫਿਰਦੇ ਆ ਉਹ ਜਿਹੜੇ ਪੀਂਦੇ ਸੀ ਤੁਸੀਂ ਪੀਣੋ ਹਟਾਤੇ ਸੱਪ ਵੀ ਨਾ ਪੀਣ ਦਾ ਨੇਮ ਚੱਕ ਗਿਆ ਲਾਟਰੀ ਵੀ ਨਹੀਂ ਹੱਥ ਲਾਉਂਦਾ ਪਿਆ ਹੈਂਗਰ ਮਾਸਟਰ ਜੀ ਅੱਗੇ ਨਾ ਵਧੋ ਬੈਕ ਹੋ ਜਾਓ ਤੁਸੀਂ ਪ੍ਰਵਚਨ ਦਿੰਦੇ ਆ ਭਾਸ਼ਣ ਦਿੰਦੇ ਆ ਮੇਰਾ ਸਾਰਾ ਕੰਮ ਮਿੱਟੀ ਕਰਕੇ ਰੱਖਤਾ ਕੋਈ ਗੱਲ ਨਹੀਂ ਸੋਹੀ ਵਰਗੇ ਪੰਜਾਬ 'ਚ ਅਜੇ ਬੜੇ ਬੈਠੇ ਸ਼ਰਾਬ ਨੂੰ ਪਿਆਰ ਕਰਨ ਵਾਲੇ ਲਾਟਰੀ ਬਹਿ ਜਾ ਚਾਹ ਪੀਂਦੇ ਆ ਆਪਾਂ ਉਹ ਚਾਹ ਵਾਲਾ ਬਿਜ਼ਨਸ ਬੰਦ ਕਰਤਾ ਤੁਰਦੇ ਫਿਰਦੇ ਨਜ਼ਰਾਂ ਉਹ ਤੁਰਦੇ ਫਿਰਦੇ ਲਾਟਰੀ ਤੂੰ ਤਾਂ ਪੀ ਲਾ ਤੇਰਾ ਦਾਰੂ ਬਿਨਾਂ ਕੌਣ ਆ ਲਾਟਰੀ ਸੋਹੀ ਸਾਹਿਬ ਨਹੀਂ ਨਜ਼ਰ ਆ ਰਹੇ ਦੇਖਿਆ ਨਹੀਂ ਕਈ ਦਿਨ ਤੋਂ ਮੈਨੂੰ ਲੱਗਦਾ ਉਹਦੀ ਖਬਰ ਲੱਗਣ ਵਾਲੀ ਹੈ ਖੁਦਕੁਸ਼ੀ ਦੀ फसल नहीं तो नस्ल नहीं कर्जा ही कर्जा मर जा तू मर जा वाह ए हुंदी आ अणखाली गल वो जिहड़ा पदार्थ पिछे लुको के रखिया उहनूं अगे रखो लुको के कीता जाण वाला काम या चोरी हुंदा या पाप ना तो तुसीं चोरी कीती है ना पाप कीता जमना ते मरना उस कुदरत दा नियम है पर इंसान परमात्मा और कुदरत तो अग्गे लंघदा जा रहा है मरना उन्हें अपने हाथ च कर लिया है मैं थोनू मरन तो रोकन नहीं आया
मैं तो सोचा कि चलो जाते बंदे ना दो चार गल कर लीए। की ना थोड़ा? हाँ, दलेर सिंह सोही, काम भी दलेरी वाला कर रहे हो, बहुत बहादुरी का काम है। मैं समझ नहीं आती कि साहब सच्चे पातशाह गुरु गोबिंद सिंह साहब नू की सुझी, अपना परिवार गवा के, पातशाहियां लुटा के, चारों बच्चे कुर्बान करके, फिर भी चढ़दी कला च रह के यो ही कहा, इन पुत्रन के शीस पर वार दिए सुतचार, चार मुए तो क्या हुआ जीवत कई हजार। पर अफसोस कि उन्हां दी कौम दे वारिस अज एक ट्रैक्टर गवा के, फसल च काटा खा के, अजहर दियां बोतलां चुकी फिरते ने। ठीक है जी, मर्जी है तुहाडी। हाँ, कोई आखरी ख्वाहिश होवे तां दस दिओ, जां लाणेदारनी नूं कोई सुनेहा देना होवे, जां अग्यापाल सिंह नूं कुछ कहना होवे, जिन्हें बेचारे ने सवेरे कर्जा चुक के तुहाडियां अंतम रस्मां करनियां ने। चलो मिलते हैं, आओ मिलना तो कादा हूँ। क्योंकि गया बंदा कदे मुड़ता नहीं ते अगला जन्म हुंदा नहीं। काश अगला जन्म हुंदा, मैं एक बहादुर इंसान बन के पैदा हुंदा। मेरिया कमजोरियां ने मेरे रास ने करते, अपने मुकद्दरां च हनेरे मैं आप लिख ले। देखो जी, साडा तो बिजनेस है, मैं अबोर्शन नहीं करेंगी तो कोई होर करेगा। तुसी चंगी तरह सोच लो, ओदा फिफ्थ मंथ चल रहा तो अबोर्शन करने नाल ओदी जान नू खतरा भी हो सकता। कुछ नहीं हुंदा ओदी जान नू, तुसी अपना काम करो। देखन ना तो तुसी बड़े जेंटल लगते हो। अभी भी चुप, तुसी अपनी कहती असी अपनी कहती। भाई साहब तुहानू आके कुछ पेपर साइन करने पैणगे। जा जा हुण। बीबी सोच ले, जा हुण। जाया से ना तो उन्हों ओदी सारी बॉडी दे विच जहर फैल चुका है। हाँ जी, गिनती दे साई है ओदे कोले।
माफ कर दे सब कुछ सिर्फ तू चाहिए बानी मेनू और कुछ नहीं चाहिए बानी तू ड्रॉप कर चलिए बानी तू ठीक है तू कुछ नहीं हुआ है ना बानी मेरा तेरे नाल प्रॉमिस है मैं अगे तो कदी नहीं रोवांगा ठीक है अज एक बारी रज के रो लंदे बानी पुत तेरा बापू किधर नो गया ओ जाना किथे बेबे मैंने तो लगदा हल्ली उठे ही नहीं तेरा दिमाग ता ठीक है आखे उठे या नहीं पाठी लगदे नु ता उठ खड़दा ओ ओ पता नहीं बेबे किथे यार मैं नहीं देखया अच्छा वे आसी कुछ करता नहीं लिया उन्हें जमे फटे जावांगे आप पता बापू बापू की होया वा साला बापू दा ओ जागदा जिवें आ जिवें तुंदे च गधा जागदा होवे ओ मैं तां माड़ा जिहा शरीर खोल रहा सी सालो जमा जुंगा लिया पिया आपदी मां नूं कह दुध गर्म करे ले जियां लुचियां पा के माड़ा जिहा मख्याल भी पा देवे मख्याल ओए हनी खेतां च टग्गियां वांगू काम करिया करांगे टग्गे
बढ़ते यार मेरा पुत नके मोड़िया करू वाडिया करया करू नाले दी उत्थे गाउन दी प्रैक्टिस हो जा करू नाले जिम लग जा करू मन गए भी छट दी स्कीम नू हुण नी हाथ लाउंदे शराफ दे भीम नू चलो आजा आजा महाराज लम्मी आमरा दवे बैंक वाले अनु जे ओ ट्रैक्टर ना लेके जांदे ता साडे आले बंदे ने बंदा नहीं सी बनना मुद्दा बाद हसते देखे आसी दे बापू नु शुक्र है दात्या शुक्र है सर मेरे प्यारे बच्चियो पर कुछ ज्ञान ऐसा है जो सिर्फ किताबा तो ही नहीं बल्कि आम जिंदगी चो मिलता है माता पिता दे सत्कार तो सियाने लोकां दी संगत तो नेक कम्मां दे तजर्बे तो आओ परमात्मा तो आपां कोठियां पैसा गड्डियां मंगन दी बजाए नेक कम्मां दी दात मंगिए दे शिवा वर मोहे है शुभ कर्मन ते कबहू न डरूं न टरों और सो जब जाए लरों निश्चय करे अपनी जीत करूं निश्चय करे अपनी जीत करूं निश्चय करे अपनी जीत करूं शुक्रिया गुरमुख जी राव खोण लई आज तो स्कूल टाइम च नो जाना नो आना सिर्फ पढ़ाना तेज दी शुरुआत हुण तो ही चलो नीतू मैडम क्या बात है जी एक बारी सर ले भी तालियां मार दे बच्चों शुक्रिया आओ मैडम चलो आओ जी लॉटरी जी मोस्ट वेलकम जी लेट हो गए तुसी तुहानू बच्चियां दा जलवा दिखाउणा सी चलो ज्योति देखण आयो केड़ी है ना नहीं मैटरी ज्योति नु मैं जानदा दरअसल आज उसका जन्मदिन है अच्छा पर तुहानू किता पता मेरे तो चिट्ठी पढ़ी गई सी चिट्ठी पढ़ ली पर लिखी नहीं ये तो फिर बेशर्मी दी हद है लॉटरी साहब आज बच्ची नू चिट्ठी दा गिफ्ट ही दे देंदे लिखनी होनी ठीक है मर्जी है भी तेरी चिट्ठियां वाले वीरा जी क्या सर जी मेरी गल सुनो जी एक मिनट बोलना नहीं ठहर जा पहले मेरी गल समझ रहा आ फड़ो 100 रुपया आज साड़ी ज्योति बेटी दा हैप्पी बर्थडे है अच्छा फटाफट हलवाई कोलों जाके ना 100 रुपए दे बेसन दे लड्डू ले आओ ठीक है जी बहुत प्यारे वाहेगुरु जी पछाण तो तुसी ले आए होना मैं चिट्ठियां वाली ज्योति बोलदी हां मेरी मम्मी नु ना मेरे सस्तीकाल कहना जी वाहेगुरु जी आज ना सर ने मेरा बर्थडे बहुत सोना मनाया हैप्पी बर्थडे डियर ज्योति हैप्पी बर्थडे टू यू हैप्पी बर्थडे ज्योति सर ने ना मैंने बहुत सोना गिफ्ट भी दिता पर अज भी वाहेगुरु जी थोड़ी चिट्ठी नहीं आई तुसी जिस दिन दा मम्मी नु कॉल बुला लिया है उस दिन तो बाद कदी चिट्ठी दा जवाब ही नहीं दिता जे हुण भी जवाब ना दिता ना तो मैं मर जाना मैंने पता लग गया कि मर के मैं मम्मी नु मिल सकती हाँ मम्मी का हाल दस दियो प्लीज चंगा सतनाम वाहेगुरु जी मैं थोड़ी चिट्ठी दा वेट करूंगी Yeah.
प्यारी बेटी ज्योति, बहुत बहुत प्यार। ज्योति बेटा, मैं तेरा वाहेगुरु दुनिया ने उलझा रखा सी, तां जवाब नहीं दे सकया बेटा। हुण तेरी हर नवी पुरानी चिट्ठी का जवाब दिया करूंगा। ज्योति, तेरी मम्मी बहुत खुश है बेटा। हाँ सच, असी भी तेरा बर्थडे मनाया सी, केक कटिया सी, उथे परियां आईया, परियां ने डांस किया, ते सारे ने रल के गाया सी, हैप्पी बर्थडे टू यू, हैप्पी बर्थडे डियर ज्योति। तेरी मम्मी बहुत खुश हुई सी बेटा। पर असी सब ते तेरी मम्मी तेरे नाल नाराज हां। ज्योति बेटा, तू उदास ना होया कर। तेनू उदास देख के तेरी मम्मी बहुत उदास हो जाती है, फिर ओदा जी नहीं लगता। तू हसया कर, तू हसती है तो तेरी मम्मी हसती है। तू थले जो भी करती है ना बेटा, तेरी मम्मी सब देखती है। मम्मी का फिक्र ना करी। हाँ सच, मम्मी वालों बहुत बहुत प्यार। तेरा अपना सतनाम वाहेगुरु। लव यू वाहेगुरु जी, लव यू मम्मी। हे सच्चे पातशाह जीओ, तुहाडी कृपा दे नाल शंभू मास ने नवा जनरल स्टोर खोलिया। ਉਹਦੀ ਪਹਿਲੀ ਕਮਾਈ ਦੇ ਮੈਂ ਸਕੂਲ ਦੇ ਵਿੱਚ ਪੱਖੇ ਲਵਾਊਂਗਾ। ਬਸ ਕਾਮਯਾਬੀਆਂ ਬਖਸ਼ਣਾ ਜੀ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ, ਮੈਨੂੰ ਤਾਂ ਮੱਥਾ ਟੇਕਣਾ ਵੀ ਨਹੀਂ ਆਉਂਦਾ ਜੀ। ਉਹੀ ਇੰਨੇ ਸਾਲ ਤੁਹਾਡੇ ਨਾਲ ਰੁੱਸਿਆ ਰਿਹਾ। ਮੈਂ ਤਾਂ ਧੰਨਵਾਦ ਅਤੇ ਮਾਫ਼ੀ ਦੀ ਖਾਤਰ ਆਇਆ ਜੀ। ਧੰਨਵਾਦ ਮੈਨੂੰ ਬੰਦਾ ਬਣਾਉਣ ਲਈ। ਤੇ ਮਾਫੀ ਇਹ ਵੀ, ਮੈਂ ਸਤਨਾਮ ਵਾਹਿਗੁਰੂ ਬਣ ਕੇ ਚਿੱਠੀਆਂ ਲਿਖ ਰਿਹਾ, ਪਰ ਜੇ ਹੁਣ ਤਾਂ ਸਵਾਦ ਆ ਰਿਹਾ ਵਾਹਿਗੁਰੂ ਨਿਆਣੀ ਨੂੰ ਖੁਸ਼ ਦੇਖ ਕੇ। ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ। ਸਤਿ ਸ਼੍ਰੀ ਅਕਾਲ ਜੀ। ਲਾਟਰੀ ਪੈਰੀ ਪੈਣਾ ਚ ਯਾਰ, ਅੱਜ ਤਾਂ ਠੇਕਿਆਂ ਮੂਹਰੇ ਆਪਾਂ ਫੋਟੋ ਖਿਚਾਉਂਦੇ ਰਹੇ ਹਾਂ। ਅੱਜ ਗੁਰੂ ਘਰ ਸਾਹਮਣੇ ਖਿੱਚੀਏ ਹੋ ਜੇ ਬਾਈ। ਹਾਂ, ਆ ਸਾਡੀ ਦੋਹਾਂ ਜਣਿਆਂ ਦੀ ਗੁਰੂ ਘਰ ਸਾਹਮਣੇ ਇੱਕ ਫੋਟੋ ਖਿੱਚਦੇ ਯਾਰ। ਲਿਆਓ ਰੇ ਆ ਲੈ। ਓਏ ਐਂ ਕੀ ਕਰੀ ਜਾਣਾ ਯਾਰ, ਆਹ ਬਟਨ ਦੱਬਦੇ। ਪਤਾ ਮੈਨੂੰ ਤੇਰੇ ਨਾਲ ਵਧੀਆ ਫੋਨ ਹੈ, ਆਈਫੋਨ 6। ਖੜੋ ਗੁਰੂ ਘਰ ਸਾਹਮਣੇ ਖੜੇ, ਹੱਥ ਜੋੜ ਹੱਥ ਜੋੜ। ਸਮਾਈਲ ਪਲੀਜ਼, ਇੱਕ ਹੋਰ ਸਮਾਈਲ। ਲਿਆ ਲੈਟਰੀ, ਫੇਸਬੁੱਕ ਤੇ ਪਾਵਾਂਗੇ। ਓਏ ਕਮ ਔਨ ਮੈਨ, ਇਟਸ ਟਾਈਮ ਫਾਰ ਸਨੈਪਚੈਟ ਐਂਡ ਇੰਸਟਾਗ੍ਰਾਮ, ਯੂ ਨੋ, ਕਮ ਔਨ ਲੈਟਸ ਗੋ। ਕੀ ਕਹਿ ਗਿਆ ਹੈ? ਅੰਗਰੇਜ਼ੀ ਥੈਂਕ ਯੂ ਕਰਕੇ ਗਿਆ। ਐਡਾ ਵੱਡਾ? ਹਾਂ ਬੰਦਾ ਬਣ ਜਾ ਤੂੰ ਹੈਂਗਰਾ। ਕੀ ਹੋਇਆ? ਦੋ ਦੋ ਗਾਲਾਂ ਨਾ ਕੱਢ, ਨਾਲੇ ਸੱਪ ਤੇ ਨਾਲੇ ਸਾਬ। ਅੱਛਾ ਲਓ ਜੀ, ਅੱਜ ਤੋਂ ਬਾਅਦ ਇੱਕ ਹੋਰ ਫੈਸਲਾ, ਵੀ ਆਪਾਂ ਇਹਨਾਂ ਦਾ ਸਹੀ ਨਾਂ ਲਿਆ ਕਰਨਾ, ਸੱਪ ਨੀ ਕਹਿਣਾ। ਕੀ ਨਾਂ ਹੈ ਜੀ ਅਸਲੀ ਤੁਹਾਡਾ? ਨਾਗਰਾਜ।
ਇਹਦੇ ਨਾਲੋਂ ਫਿਰ ਪਹਿਲਾਂ ਠੀਕ ਨਹੀਂ ਸੀ ਜ਼ਿਆਦਾ। ਉਹ ਕਿਵੇਂ ਬਈ, ਕੀ ਹਾਲ ਆ ਗਿਆ ਪਾਲ ਸਿੰਘ? ਠੀਕ ਠਾਕ ਜੀ, ਕਿਰਪਾ ਜੀ ਵਾਹਿਗੁਰੂ ਜੀ। ਚਲੀਏ ਫਿਰ ਬਾਪੂ। ਇੱਕ ਮਿੰਟ, ਕਿੱਥੇ ਜਾਣਾ? ਲੈ ਜੀ ਬਾਪੂ ਨੂੰ ਬਹਿਲਾ ਸਾਡੇ ਕੋਲ ਵੀ ਮਿੱਤਰਾ। ਅੱਜ ਤਾਂ ਜੀ ਆਪਾਂ ਆਗਿਆ ਪਾਲ ਕੋਲੋਂ ਗਾਉਣ ਸੁਣਨਾ। ਇੱਥੇ ਗਾਏਗਾ ਤਾਂ ਅੱਗੇ ਜਾਏਗਾ ਜਵਾਨਾ। ਆਪਾਂ ਯੂਟਿਊਬ ਤੇ ਤੇਰਾ ਗਾਣਾ ਅੱਜ ਹੀ ਰਿਕਾਰਡ ਕਰਕੇ ਪਾ ਦੇਣਾ, ਵੇਖੀ ਮੇਰਾ ਵੀ ਸਟਾਰ ਬਣਦਾ। ਇੱਥੇ ਰੱਖ, ਲੈ ਵੀ ਮੇਰਾ ਪੁੱਛ। ਐ ਕਰ, ਉਹ ਗਾਣਾ ਸਿੱਟ ਜਿਹੜਾ ਤੂੰ ਕਹਿੰਦਾ ਨਹੀਂ ਹੁੰਦਾ, ਉਹ ਬਈ ਗੰਦ ਮੰਦ ਨਾਲ ਨੀ ਮੋਬਾਈਲ ਭਰੀਦਾ। ਹਲ ਫੜ ਕੇ ਨਾ ਬਾਪੂ ਵੀ, ਠੀਕ ਹੈ ਆ ਚੱਕਰਾ। ਹੈ ਲੈ ਆ ਫੜ ਲਈ। ਸ਼ਾਬਾਸ਼ ਆ ਗਿਆ ਬਾਈ, ਕੀ ਬਾਤ ਹੈ, ਸ਼ਾਜਾ ਚੱਕਦੇ ਫੱਟੇ ਚੱਕਦੇ ਚੱਕਦੇ ਲਓ ਜੀ ਰੱਬ ਸੁਖ ਰੱਖੇ। ਹਾਂਜੀ ਸਤਿ ਸ੍ਰੀ ਅਕਾਲ ਜੀ। ਖੜ ਜਾ ਖੜ ਜਾ ਇੱਕ ਮਿੰਟ, ਮੈਂ ਤੁਹਾਡੇ ਸਾਰਿਆਂ ਦਾ ਹਰਮਨ ਪਿਆਰਾ ਆਸੀਸ ਹੋਈ, ਤੇ ਅੱਜ ਮੈਂ ਜੋ ਵੀ ਨਹੀਂ ਆ ਜੀ, ਸਿਰਫ ਤੇ ਸਿਰਫ ਆਪਣੇ ਸਤਿਕਾਰਯੋਗ ਪੂਜਨੀਯ ਪਿਤਾ ਜੀ ਕਰਕੇ ਨਹੀਂ ਆ ਜੀ। ਹੱਸਦਾ ਬਾਪੀ ਹੋ ਗਿਆ। ਕੀ ਹੋ ਗਿਆ, ਕੀ ਹੋਇਆ ਪੁੱਤ? ਅਰਦਾਸ ਦਾ ਟਾਈਮ ਹੋ ਗਿਆ। ਪੁੱਤ ਆਪਾਂ ਲੇਟ ਹੋ ਜਾਣਾ, ਸਾਡੇ ਜਾਂਦਿਆਂ ਨੂੰ ਕਰੈਕਟਰ ਡੇ ਫੰਕਸ਼ਨ ਖਤਮ ਹੋ ਜਾਣਾ ਸਕੂਲੇ, ਨਾਲੇ ਸ਼ਾਮ ਨੂੰ ਆਉਣਾ ਤੇ ਹੈਗਾ ਤੂੰ। ਵਾਹ ਸਰ ਜੀ, ਆਪ ਹੀ ਦੱਸ ਕੇ ਭੁੱਲ ਗਏ। ਮੈਂ ਇੱਕ ਟਾਈਮ ਦਾ ਇਰਾਦਾ ਛੱਡ ਕੇ ਆਪਦੀ ਅਰਦਾਸ ਤਾਂਬੇ ਦੀ ਨਹੀਂ ਕਰਨੀ, ਨਾਲੇ ਤੁਸੀਂ ਤਾਂ ਕਹਿਣੇ ਹੁੰਨੇ ਹੋ ਵੀ ਕਰੈਕਟਰ ਡੇ ਤੇ ਕਰੈਕਟਰ ਨਹੀਂ ਛੱਡੀਦਾ। ਮੈਂ ਚਿੱਠੀ ਲਿਖੀ ਸੀ ਕਿ ਮਾਂ ਨੂੰ ਭੇਜਿਓ। ਥੈਂਕ ਯੂ ਵਾਹਿਗੁਰੂ ਜੀ। ਬੱਲੇ ਵੀ ਲਾਟਰੀ ਕਮਾਲ ਕਰਤੀ ਯਾਰ। ਕਮਾਲ ਤਾਂ ਤੁਸੀਂ ਕੀਤੀ ਹੈ ਸਰ, ਜਿਹੜਾ ਇਸ ਲਾਟਰੀ ਦੀ ਲਾਟਰੀ ਕੱਢਤੀ। ਪਰ ਤੁਸੀਂ ਭਲੇ ਮਾਨਸ ਬੰਦੇ ਕਹਿੰਦੀ ਕਿਉਂ ਬਣੇ ਹੋ? ਮੈਂ ਵੀ ਕਿਸੇ ਦਾ ਗੁਨਾਹਗਾਰ ਹਾਂ ਲਾਟਰੀ ਜੀ। ਚਲੋ ਬੱਚੋ, ਚਲੋ ਬਈ ਅਗਲੀ ਗੇਮ ਖੇਡੀਏ ਹੁਣ ਆਪਾਂ। ਲਓ ਜੀ ਫਿਰ ਅੱਜ ਤੋਂ। ਚਲੋ ਵੀ ਬੱਚਿਓ, ਹੁਣ ਅੱਜ ਦਾ ਵਿਚਾਰ ਠੀਕ ਹੈ? ਠੀਕ ਹੈ ਜੀ। ਗੁਰੂ ਦੇ ਪਿਆਰੇ ਇੱਕ ਨੇ ਸਾਰੇ ਬਹਾਨੇ ਕੜਨਾ, ਡਰ ਕੇ ਹਾਰਨਾ, ਔਖਾ ਕੀ ਹੈ ਸੌਖਾ ਕਰਨਾ, ਸੌਖਾ ਕੀ ਹੈ ਔਖਾ ਕਰਨਾ, ਕਹਿ ਗਏ ਬਾਬਾ ਨਾਨਕ ਬਾਣੀ ਰਚ, ਆਜ ਸੱਚ ਜੁਗਾਦ ਸੱਚ, 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 ਆਜ ਸੱਚ ਜੁਗਾਦ ਸੱਚ। ਮੰਮੀ, ਮਿੱਠੂ ਤੇਰੇ ਡੈਡੀ ਨੇ ਨਹੀਂ ਆਉਣਾ, ਕਦੇ ਨਹੀਂ ਆਉਣਾ। ਨਹੀਂ ਮੰਮੀ, ਆਉਣਗੇ, ਮੇਰੇ ਡੈਡੀ ਪੱਕਾ ਆਉਣਗੇ। ਹੌਸਲਾ ਰੱਖ, ਹੌਸਲਾ ਰੱਖਦੀ ਹੈ, ਸਿਆਣੀ ਬਣ। ਸਿਆਣੀ ਬਣ ਕੇ ਸੁੱਖ ਨੂੰ ਭੇਜਿਆ ਸੀ, ਕੀ ਮਿਲਿਆ ਮੈਨੂੰ?
सूबेदार साहब की होया? बस डीसी ऑफिस गए सिगे, उत्थे इराक तो जड़ियां लिस्ट आई है ना, उन्हां विच किते भी सुखी दा ना नहीं है। ले बिंदर भैणे फिर क्यों घबराउनी है, हैं उम्मीद नहीं छड्डी दी हुंदी? मास्टर जी अज एक लड़का मिलिया सिगा सुखी दे नाल दा, ओ कल ही वापस मुड़िया है, रोलदा खुलदा जिहा, कहना 6 महीने पहला मैं सुखी तू मिलिया सीगा, हालत कुछ ठीक जी नहीं सी। मास्टर जी वो लड़का कहना कि फालतू उम्मीद की कोई लोड़ नहीं है। मैं वाहेगुरु जी नाल गल नहीं करनी। ऐ नहीं कहीदा हुंदा पुत, वाहेगुरु नूं थोड़ा ऐ कहीदा, वाहेगुरु सब ठीक करनगे। पापा तुहानूं तां आउणा ही पैणा, वाहेगुरु जी तुहानूं वी पापा नूं भेजणा ही पैणा। मिठू मिठू दुपहरा हो गया, राजकुमार नहीं रोंग नंबर लाता, पहला दा पतंदर आई घंटा लेट, उस तो बाद मेरे स्टोर तो तुरदा ना ही ना लवे। चलो तुसी हुक्म करो, मैं अपनी दुकानदारी भी सामनी है जाके। अच्छा हो हाँ जी, 13 फरवरी वाला जड़ा संगीत वाला प्रोग्राम सी आप इत्थे करता, 7 बचन 14 ਨੂੰ ਵਿਆਹ ਵਾਲਾ ਪ੍ਰੋਗਰਾਮ ਹੈ, ਕਿਸੇ ਹੋਰ ਨੂੰ ਕਿਹਾ ਹੋਇਆ, ਤੇਰੇ ਵਸ ਦਾ ਕੰਮ ਨਹੀਂ ਹੈ। ਓਹ ਜੀ ਵਧਿਆ ਘਰਾਂ ਦੀਆਂ ਵਧੀਆਂ ਮਿਰਚਾਂ, ਗੁੱਸਾ ਨਾ ਕਰਿਓ, ਗੱਲ ਦਾ ਇੱਕ। ਅੱਛਾ ਮੈਂ ਤੈਨੂੰ ਆਸੀ ਤੋਂ ਬਿਨਾਂ ਕਿਸੇ ਹੋਰ ਨਾਲ ਨਹੀਂ ਦੇਖ ਸਕਦਾ ਮਨ ਤੇ। ਚੱਲ ਮੈਂ ਤੈਨੂੰ ਪੈਸਾ ਦਵਾਂ ਕੋਈ? ਪੈਸਾ ਤਾਂ ਕੀ ਆ, ਬਸ ਤੁਸੀਂ 1,00,000 ਰੁਪਈਆ ਦੇ ਦਿਓ, ਉਹ ਆਪਣੀ ਤਾਂ ਘਰ ਦੀ ਗੱਲ ਹੈ, ਚਲੋ 50,000 ਹੀ ਦੇ ਦਿਓ। ਆ ਜਾ ਚਲੋ ਆ ਜਾ ਆ ਜਾ ਪਿੰਕੂ 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 ਕੀ ਹੋਇਆ ਮੁੰਡੇ ਨੂੰ, ਪਾਣੀ ਲੈ ਕੇ ਆਵਾਂ? ਹਾਂ ਪਿੰਕੂ ਪਿੰਕੂ ਕੀ ਹੋਇਆ ਇਹਨੂੰ ਬੇਟਾ? ਪਿੰਕੂ ਤੂੰ ਫਿਕਰ ਨਾ ਕਰ ਪੁੱਤ, ਕਹਿ ਕੰਮ ਹੈ ਜੀ, ਕੋਈ ਚਿਮਟਾ ਮਸਾਇਆ ਦਾ ਓ ਚੱਲ ਦਿਲਾ ਟਰ ਚੱਲੀਏ, ਵੇ ਕੋਈ ਕਦਰ ਨਹੀਂ ਆਇਆ ਦਾ। ਆਇਆ ਸੀ ਆ ਗੱਲਬਾਤ ਤੇਰੀ ਟੁੱਟੀ ਆ, ਸੈਡ ਸੌਂਗ ਮੈਂ ਸੁਣੀ ਜਾਂਦਾ। ਵਾਸੀ ਉਹ ਦੇਖੋ ਉਹ ਆਪਣੀ ਇਨਸਪੀਰੇਸ਼ਨ ਤੁਰੀ ਆਉਂਦੀ ਹੈ। ਉਹ ਸੇਠਾ ਹਾਂਜੀ, ਉਹ ਕਿਵੇਂ ਆ? ਲੋੜ ਤਾਂ ਹੈ। ਮੈਂ ਕਿਹਾ ਕਿੱਧਰੋਂ? ਇੱਧਰੋਂ ਪੈਦਲ ਹੀ। ਉਹ ਮੈਂ ਤਾਂ ਨਾਲ ਦੇ ਪਿੰਡ ਕੰਮ ਗਿਆ ਸੀ, ਰਸਤੇ 'ਚ ਪੈ ਗਿਆ ਜੰਗਲ ਪਾਣੀ ਦਾ ਜੋਲ, ਮੈਂ ਜਦ ਲੱਗਦਾ ਤੇ ਵੀ ਕੰਮ ਨਬੇੜ ਦੀਏ। ਲੱਗਦਾ ਵੱਡਾ ਹੀ ਸੌਦਾ ਮਾਰ ਗਿਆ ਹੈ। ਉਹ ਸੋਹੀ ਸਾਹਿਬ ਤੂੰ ਤਾਂ ਪੱਤਰਕਾਰ ਵਾਂਗੂ ਸਵਾਲ ਤੇ ਸਵਾਲ ਵਾਹੀ ਤੁਰ ਆਉਂਦਾ, ਲੈ ਜੇ ਫਿਰ ਪੁੱਛਣਾ ਹੀ ਚਾਹੁੰਦਾ ਤਾਂ ਪੁੱਛ। ਆ ਸ਼ਮਸ਼ੇਰ ਦਾ ਮੁੰਡਾ ਪਿੰਕੂ ਹੈ ਜਿਹੜਾ ਲੁੜਕ ਗਿਆ ਸੀ ਅੱਜ, ਨਾਲੇ ਇਹ ਰੌਂਗ ਨੰਬਰ ਪਹਿਲੀ ਵਾਰ ਨਹੀਂ ਲੱਗਿਆ, ਪਹਿਲਾਂ ਵੀ ਕਈ ਵਾਰ ਹਸਪਤਾਲ ਦੀ ਯਾਤਰਾ ਕਰ ਚੁੱਕਿਆ। ਸ਼ਮਸ਼ੇਰ ਦੇ ਲਾਲਲੇ ਨੂੰ ਅੱਜ ਕੱਲ੍ਹ ਨਸ਼ਿਆਂ ਦੀ ਮਸ਼ਹੂਰ ਹੱਟੀ ਨਾਲ ਮਿਲਾਉਂਦੇ ਨੇ ਲੋਕ। ਨਾਲੇ ਇੱਕ ਹੋਰ ਪਤੇ ਦੀ ਗੱਲ ਦੱਸਾਂ, ਫਿਰ ਆਖੇਗਾ ਦੱਸਿਆ ਨਹੀਂ, ਸ਼ਮਸ਼ੇਰ ਨੇ ਆਪਣੀ ਕੁੜੀ ਦਾ ਵਿਆਹ ਪੱਕਾ ਕਰਤਾ, 13 ਤਰੀਕ ਵਾਲੇ ਪ੍ਰੋਗਰਾਮ 'ਤੇ ਮੈਨੂੰ ਹਲਵਾਈ ਦੇ ਤੌਰ 'ਤੇ ਬੁੱਕ ਕੀਤਾ, ਅਤੇ 14 ਤਰੀਕ ਨੂੰ ਕੁੜੀ ਦਾ ਵਿਆਹ ਹੈ। ਤੋਨਾ ਗੱਡਾ ਮੈਂ ਲੱਗਦਾ ਹੁਣ ਤਾਂ ਤੁਹਾਡਾ ਗੱਡਾ ਗਾਰ 'ਚ ਹੀ ਫਸ ਗਿਆ, ਗੁੱਸਾ ਨਾ ਕਰਿਓ, ਹੁਣ ਗੱਲਦਾ ਇੱਕ। ਕਾਹਦੇ ਲਈ? 14 ਫਰਵਰੀ ਆ, ਵੈਲੈਂਟਾਈਨਸ ਡੇ, ਪਿਆਰ ਕਰਨ ਵਾਲਿਆਂ ਦਾ ਦਿਨ। ਅੱਛਾ, ਸਹੁੰਆਂ ਜੱਟ ਨੂੰ ਪਿਆਰ ਕਰਨ ਵਾਲੇ ਦਿਨ ਦੀ, ਗਾਹਾਂ ਲਈ 14 ਫਰਵਰੀ ਨੂੰ ਜੱਟ ਬਰਾਤ ਲੈ ਕੇ ਆਓ। ਓ ਤੇਰੀ ਸਪੀਡ ਰਿਕਾਰਡ ਵਾਲੀ ਜੱਟ ਦੀ ਮੋਟਰ ਤੇ, ਵਾਹ ਬਾਈ ਵਾਹ। ਸਤਿ ਸ਼੍ਰੀ ਅਕਾਲ ਜੀ ਜੋ ਚਾਹੀਦਾ ਦੱਸੋ ਜਨਾਬ। ਉਹ ਦੱਸ ਦਿੰਦੇ ਹਾਂ ਜੀ, ਪਹਿਲਾਂ ਸਪੀਡ ਰਿਕਾਰਡ ਵਾਲਿਆਂ ਨੂੰ ਪਹਿਲੇ ਆਟੋਗ੍ਰਾਫ ਤਾਂ ਦੇ ਲਈਏ। ਹੈਂ
दलेर सिंह सोही दे दोनों पुत्र हाजिर हो। लो जी वधाइयां असी दे बेबे ते बापू ने। मतबल मतलब ए जी के कार भी थोड़ी है ते ट्रैक्टर ता थोड़ा है ही। ओ, की हो गया चाची? ला भी आसी सी लड्डू खवाउण दा वेला आया ते चाची दवाई खाण वाली हो गई ता ही जट्टां दी लाटरी नहीं निकलदी कदे। मैं ट्रैक्टर ते गड़ा लागे हो रहा है। कदे हूं करके कदे हां करके केड़ा दे दे ओए तू बापू लम्मी बा करके केड़ा दे दे ओए। लोग ता चिट्टे दुध दा व्यापार बेईमानी नाल करदे ने, मैं चिट्टे दा व्यापार किवें ईमानदारी नाल कर लूं? नाले आपा किड़ा किसे दे ती पुतनू तक्के नाल नशे ते लाई दा है। और जे कोई चट्टा खाऊ मरवी किड़ा अमर हो जू। अच्छा गल सुन, पिंकू अद्धे घंटे च तेरे कोले डिलीवरी लेके पहुंच रहा है। उहदा काम सिर्फ तेरे तक पहुंचाउणा है, अगे जिम्मेवारी तेरी है। असमान साहब ओए तेरा दो नंबर का धंधा ते आ जुल्म, खून दे हंजूर आओ तेन पिंड च पूरा इज्जत नहीं रही। मेरे वर्गे सन बंदी यह जा कम कर सकते ने? तेरे पिंड की खस्सी जनता सिर्फ गल्ला कर सकती है, ते तू कि इज्जत दियां गल्ला करता है? ओए मेरे व्याह ते पिंड दा पंच नहीं सी सद होया ते तो। जिद्दन तू मरेगा ना सीएम आऊगा। सीएम मर्जी अगे आप कुछ नहीं कर सकते। मैं मारता दलेर भाई, दलेर भाई मैं मारिया आप दे पुत्र, लोगों ने नशा बेचता वही नशा मेरे पुत्र खा गया। दलेर भाई नशा मेरे पुत्र खा गया। ना जी ना गुरमुख, ना जी ना।
ਜੀ ਹਾਂ ਬਣ ਮੈਂ ਤੇਰਾ ਗੁਨਾਹਗਾਰ ਮੈਂ ਤੁਹਾਡਾ ਦੋਹਾਂ ਦਾ ਕਤਲ ਕੀਤਾ ਤੇਰਾ ਵੀ ਤੇ ਆਪਣੀ ਬੱਚੀ ਦਾ ਵੀ ਮੈਂ ਇਕੱਲੇ ਨੇ ਨਹੀਂ ਰਹਿਣਾ ਬਾਣੀ ਹੁਣ ਮੈਂ ਵੀ ਤੁਹਾਡੇ ਦੋਵਾਂ ਕੋਲ ਆਉਣਾ ਚਾਹੁੰਦਾ ਵਾਹ ਜੀ ਪਿਆਰਿਓ ਪਰਮਾਤਮਾ ਦੇ ਦਿੱਤੇ ਹੋਏ ਜ਼ਿੰਦਗੀ ਰੂਪੀ ਤੋਹਫੇ ਨੂੰ ਬਿਨਾਂ ਵਰਤੇ ਹੀ ਖਤਮ ਕਰਨ ਲੱਗੇ ਹੋ ਮੈਂ ਗੁਰਮੁਖ ਮੈਂ ਕਿਤੇ ਨਹੀਂ ਗਈ ਮੈਂ ਤੁਹਾਡੇ ਅੰਦਰ ਜਿਉਂਦੀ ਹਾਂ ਇਉਂ ਮਰ ਕੇ ਮੈਨੂੰ ਨਾ ਮਾਰੋ ਜੋ ਹੋਇਆ ਉਹ ਵਾਹਿਗੁਰੂ ਜੀ ਦੀ ਮਰਜ਼ੀ ਸੀ ਬਣ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਗੁਰਮੁਖ ਜੀਣਾ ਸਿੱਖੋ ਤੇ ਜਿਉਣਾ ਸਿਖਾਓ ਆਪਣੀ ਚੁੱਪ ਨੂੰ ਤੋੜੋ ਮੇਰੇ ਪਰਛਾਵੇਂ ਨੂੰ ਨਾ ਫੜੋ ਸਗੋਂ ਪਾਣੀ ਦੀ ਆਤਮਾ ਨੂੰ ਪਛਾਣੋ ਰੂਹਾਨੀ ਬਾਣੀ ਤੇ ਲੜ ਲੱਗੋ ਲੱਗੋਗੇ ਨਾ ਬਚਾ ਲਿਆ ਬਾਬੇ ਨਾਨਕ ਦੀ ਬਾਣੀ ਨੇ ਸੱਪ ਤੂੰ ਆ ਸਾਰੀਆਂ ਜਲੇਬੀਆਂ ਖਾ ਜਾਏਗਾ ਓਏ ਲੈ ਜਲੇਬੀਆਂ ਦੀ ਕੀ ਗੱਲ ਕਰਦੇ ਆ ਤੁਸੀਂ ਇਹਨੂੰ ਛੱਡ ਕੇ ਵੇਖੋ ਹੁਣ ਇਹ ਕੜਾਏ ਚ ਮੂੰਹ ਪਾ ਲੇਗਾ ਸਹੀ ਗੱਲ ਹੈ ਪਾ ਕੜਾਏ ਚ ਮੂੰਹ ਮੈਂ ਖਿੱਚੂ ਤੇਰੀ ਫੋਟੋ ਖਿੱਚ ਲਈ ਫਿਰ ਤੁਹਾਨੂੰ ਫੇਸਬੁੱਕ ਤੇ ਪਾਉਣੀ ਪਊਗੀ ਅੱਛਾ ਹੈ ਦੱਸੋ ਫਿਰ ਸਟੇਟਸ ਕੀ ਪਾਉਂਗੇ ਓਏ ਲੈ ਇਹ ਤਾਂ ਅੱਜ ਫਿਰ ਮਾਸਟਰ ਜੀ ਡਿਸਾਈਡ ਕਰਨਗੇ ਵੀ ਹਾਂ ਦੱਸੋ ਮਾਸਟਰ ਜੀ ਹਾਂ ਦੱਸੋ ਦੱਸੋ ਮਾਸਟਰ ਜੀ ਦੱਸੋ ਹਾਂ ਦੇਖੋ ਜੀ ਜੇ ਤਾਂ ਇੱਕ ਕੜਾਏ ਦੇ ਵਿੱਚ ਮੂੰਹ ਪਾ ਕੇ ਜਲੇਬੀਆਂ ਖਾਓਗੇ ਹਾਂਜੀ ਫਿਰ ਤਾਂ ਸਟੇਟਸ ਇੱਕੋ ਹੀ ਬਣਦਾ ਉਹ ਕਿਹੜਾ ਜੀ ਕੁੱਤੇ ਖਾਣ ਜਲੇਬੀਆਂ ਮਾਟਰੀ ਤੁਸੀਂ ਵੀ ਓਏ ਇੱਕ ਮਿੰਟ ਮਾਟਰੀ ਨੂੰ ਪੁੱਛਦੇ ਆ ਮਾਟਰੀ ਹਾਂਜੀ ਮਤਲਬ ਵਿਆਹ ਵੇਲੇ ਦਾ ਆਪਾਂ ਘੁੱਟ ਘੁੱਟ ਲਾ ਸਕਦੇ ਹਾਂ ਜੀ ਹੁਣ ਲੈ ਲੈ ਸਵਾਲ ਮੈਂ ਤੜਕੇ ਦਾ ਕਹੀ ਜਾਂਦਾ ਵੀ ਇੱਕ ਵਾਰ ਛੱਡਤੀ ਛੱਡਤੀ ਯਾਰ ਨਹੀਂ ਲਾਉਣੀ ਨਹੀਂ ਲਾਉਣੀ ਹਾਂ ਨੱਚਣ ਵਾਲੇ ਪੁੱਛ ਲੈਣੇ ਮਤਲਬ ਵੀ ਨੱਚ ਤਾਂ ਸਕਦੀ ਪੁੱਛ ਲੈ ਪਿਆਰ ਨਾਲ ਗਿੱਧੇ ਬਿਨਾਂ ਤੁਹਾਡੇ ਤੋਂ ਵਿਆਹ ਨਹੀਂ ਦੇਖਿਆ ਜਾਂਦਾ ਬੰਦੇ ਬਣ ਕੇ ਵਿਆਹ ਦੇਖੋ ਇਹ ਮੈਂ ਵੈਸੇ ਹੀ ਵੇਖਿਆ ਲਾਟਰੀ ਸਾਹਿਬ ਤੁਹਾਡੇ ਵੱਲ ਭਾਈ ਵਿਆਹ ਤੇ ਨਹੀਂ ਨੱਚਣਾ ਫੇਰ ਕਦੋਂ ਨੱਚੋਗੇ ਪਤਾ ਤੁਹਾਨੂੰ ਲਾਊਡ ਮਿਊਜ਼ਿਕ ਡਿਸਪਲਨ ਤੰਗ ਕਰਦਾ ਹੈ ਬੇਵਕੂਫ ਕਿਸੇ ਥਾਂ ਦੇ ਕਿਹੋ ਜਿਹੇ ਗਾਣੇ ਬਜਾ ਰਹੇ ਹੈ ਐਡਾ ਸ਼ੁਭ ਮੌਕਾ ਹੈ ਉਹ ਗਾਣਾ ਬਜਾ ਡੀਜੇ ਵਾਲੇ ਬਾਬੂ ਮੇਰਾ ਗਾਣਾ ਬਜਾ ਹਾਂਜੀ 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 ਕੀ ਹਾਂਜੀ ਹਾਂਜੀ ਤੂੰ ਐ ਦੱਸ ਕੀ ਦਊਂਗਾ ਆਪਣਾ 7 ਲੱਖ ਰੁਪਏ ਜੀ ਹੈ ਸਵਾ ਲੋ ਲੋ ਦੇ ਹੋ ਰਿਹਾ
मारनी है भरजाई मजाक करके। मैं की कहा? आ तू कहा नहीं 100,00,000 दऊंगा। मैं ब्याह दा प्रोग्राम बुक करदा सी। ओ बड्डिया के मंत्रीया पहला आपदा ब्याह तक करा ला। तू किथे कुंडली मारी बैठा है? ये तेरी पुटारी नहीं हा? मेरा पुत्ता है, वो बंदे आवे गू बैठ। ओ कोई नहीं भाई, मैं करदा है सर। ओए बेअदब स्नेक बंदा बन। बेबे हां हां हां। ओ यार ओ जदों रिबन जा कटदे है सालियां नु किन्ने पैसे देने है? वो तो तेरे बापू ने तो तेरिया मासियां नु 100 रुपया दिता सी। ओए बापू पंजवी फेल है, मैं अद्धी बीए करी बैठा नाले मैं मौजूदा कलाकार हां। तू मेरे पुत 151 रुपया दे दी है। ओए रीबन कटाई देनी है बेबे, कोई टूल पलाई दी पर्ची थोड़ी कटाउनी है। जो दिल चल बैठ बैठ। ਤੁਸੀਂ ਅੱਜ ਆਪਣੀ ਮੱਝ ਤੇ ਆ ਜਾਂਦੇ? ਆ ਸੂਬੇਦਾਰ ਸਾਹਿਬ, ਜੇ ਮੈਂ ਤੁਹਾਡਾ ਟੈਂਕ ਦੇਖ ਲੈਂਦਾ ਮੱਝ ਛੱਡ ਮੈਂ ਝੋਟੇ ਤੇ ਆ ਜਾਣਾ ਸੀ। ਕੀ ਬਾਤ ਹੈ ਜੀ। ਵੈਸੇ ਤੁਹਾਡੀ ਮੱਝ ਨੂੰ ਤਾਂ 4-5 ਵਾਰੀ ਅੜਿੰਗਦਿਆਂ ਸੁਣਿਆ ਸੀ ਮੈਂ, ਆਪ ਜੀ ਨੂੰ ਬੋਲਦਿਆਂ ਅੱਜ ਪਹਿਲੀ ਵਾਰੀ ਸੁਣਿਆ। ਰੌਣਕ ਸਿੰਘ ਨਾਂ ਹੈ ਮੇਰਾ। ਇਹ ਦੋਤੀ ਹੈ ਮੇਰੀ ਜੋਤੀ। ਬਸ ਕੁਝ ਸਮੇਂ ਲਈ ਇਹਦੀ ਚੁੱਪ ਨੇ ਮੈਨੂੰ ਵੀ ਗੂੰਗਾ ਕਰਤਾ ਸੀ। ਅੱਛਾ ਜੀ, ਇਹਦਾ ਮਤਲਬ ਜੋਤੀ ਆਪ ਜੀ ਦੇ ਬਾਗ ਦਾ ਫੁੱਲ ਹੈ। हाँ अपने बाग का फुल है, पर इहदी मालन मेरी धी कैंसर दे रोग ने खा ली। इहदे दादके छोटी जी सी बेचारी जो मेरे को छड़ गए। हुण नानकियां ने तां अपनियां धीआं दे फर्ज निभाउणे ही ने। ओ छड़े छुड़े वाली गल गई वीरे, लाटरी नूं साक कराउण लग्गा मैं आपदी सली दा। 55,000 रुपया लगू। पर मैं तां तरमाईआं यार। ओ वीरे बाई नूं सिर्फ मुफ्त चाह पियाई जा सकती है, साडू दी फीस नहीं माफ कीती जा सकती। ओ मैं होऊंगा ना। ओ सोही साहब, ओ शेही दे बरात नूं तुर लो, कितों जांदिआं नूं पताउण ना खत्म हो जाणा। ओ तुसीं इत्थे कड़े जाबां दा पिड़ करी जाओगे? ओ थोड़े वीरे दा ब्याह है, गोडे दुखदे तुहाडे लगदे च टप। ओ लाओ फिर जिहड़ी कहिंदा लंका तू डरदी हुंदी आ, तूं कचमीले वाली चमकीला हुंदा।
ਸ਼ਮਸ਼ੇਰ ਦੋਵੇਂ ਕਰਤੀ ਰਾਣੀ ਦੇ ਨੇ ਜਦੋਂ ਇਹਦਾ ਚਿੱਤ ਕਰੂ ਗੇੜਾ ਮਾਰ ਜਾ ਕਰੂ ਚਲੋ ਜੀ ਲਓ ਵਾਹਿਗੁਰੂ ਦਾ ਨਾਮ ਤੇ ਇਜਾਜ਼ਤ ਲਈਏ ਹੁਣ ਤੇ ਮਾਸਟਰ ਜੀ ਏਦਾਂ ਨਹੀਂ ਇਹ ਆ ਲਓ ਆ ਭਰੋ ਮੁੱਠੇ ਨਹੀਂ 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 ਸੋਹੀ ਸਾਹਿਬ ਅੱਜ ਦਾ ਦਿਨ ਸਿਰਫ ਤੁਹਾਡਾ ਹੱਕ ਬਣਦਾ ਜੀ ਇਹਦੇ ਨਾ 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 ਜ਼ਿੰਦਗੀ ਦੇਣ ਵਾਲੇ ਨਾਲੋਂ ਨਾ ਜ਼ਿੰਦਗੀ ਪੜਾਉਣ ਵਾਲੇ ਦਾ ਹੱਕ ਪਹਿਲਾਂ ਚਲੋ ਜੋ ਹੁਕਮ ਜੀ ਬਾਬੇ ਨਾਨਕ ਦੀ ਬਾਣੀ ਤੇ ਅਰਦਾਸ ਗ੍ਰੇਟ ਹੈ ਸਰ ਮਾਸੀ ਮਾਸੀ ਜੀ ਮੈਂ ਉੱਥੋਂ ਮੁੜ ਕੇ ਆਇਆ ਜਿੱਥੇ ਮੌਤ ਵੀ ਹੈਰਾਨ ਹੋ ਵੀ ਇਹਨੂੰ ਕੱਟ ਕੇ ਕੌਣ ਲੈ ਗਿਆ ਹਾਰ ਗਿਆ ਸੀ ਮੈਂ ਤਾਂ ਪਰ ਤੁਹਾਡੀਆਂ ਸਭ ਦੀਆਂ ਅਰਦਾਸਾਂ ਜਿੱਤ ਗਈਆਂ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਿਹਾ ਹੁਣ ਖੁਸ਼ ਹੈ ਮੇਰੀ ਭੈਣ ਹਾਂਜੀ ਵੀਰ ਵਾਹ ਓਏ ਦਾਤਿਆ ਅਸੀਂ ਤੁਹਾਨੂੰ ਲੈਣ ਆਏ ਸੀ ਦਾਤੇ ਨੇ ਜਵਾਈ ਵੀ ਮੋੜਤਾ ਲਓ ਹੁਣ ਦੇਖਦਾ ਕੌਣ ਨਹੀਂ ਨੱਚਦਾ ਹਾਂਜੀ ਬੀਬੀ ਜੀ ਸਤਿ ਸ਼੍ਰੀ ਅਕਾਲ ਪੈਰੀ ਪੈਨਾ ਜੀ ਭੁੱਲ ਹੀ ਗਿਆ ਗੁਰਮੁਖਾ ਕਦ ਆਏਗਾ ਭੁੱਲਿਆ ਕਿੱਥੇ ਜਾਂਦਾ ਬੀ ਜੀ ਭੁੱਲੇ ਤਾਂ ਅਜੇ ਉਹ ਨਹੀਂ ਜਿਹੜੇ ਸਦਾ ਲਈ ਛੱਡ ਕੇ ਤੁਰ ਗਏ ਮਾਫ ਕਰ ਦੇ ਪੁੱਤ ਮਾਂ ਨੂੰ ਮਾਵਾਂ ਵੀ ਤਾਂ ਮਾਫ ਕਰਦੀਆਂ ਆਈਆਂ ਨੇ ਇੰਨੇ ਨਾਰਾਜ਼ਗੀ ਪੁੱਤ ਬੀਬੀ ਜੀ ਮੈਂ ਇੱਕ ਨਵੇਂ ਸਕੂਲ 'ਚ ਜੁਆਇਨ ਕਰਨਾ ਜੁਆਇਨ ਕਰਕੇ ਫਿਰ ਦੇਖਦਾ ਮਾਰਦਾ ਚੁੱਕ ਤੇਰੀਆਂ ਭਤੀਜੀਆਂ ਯਾਦ ਕਰਦੀਆਂ ਨੇ ਪੁੱਤ ਇਹ ਸਾਰੇ ਸਾਡੇ ਕੋਲ ਹੀ ਨੇ ਮੈਂ ਲੈ ਕੇ ਆਈ ਹਾਂ ਅੱਛਾ ਜੀ ਠੀਕ ਹੈ ਵੀ ਜੀ ਚਲੋ ਲਓ ਪਰੌਂਠੇ ਫਿਰ ਪਹਿਲਾਂ ਆ ਕੇ ਤੁਹਾਨੂੰ ਹੀ ਜੁਆਇਨ ਕਰਦਾ ਕਰਨੀ ਹੈ ਅਰਦਾਸ ਪਿਆਰਿਓ ਕਿਸਮਤ ਆਪਣੀ ਆਪ ਸ਼ਿੰਗਾਰਿਓ ਸੁੱਖ ਮੰਗੀਏ ਨਗਰ ਖੇੜੇ ਦੀ ਦੁਖੀ ਨੂੰ ਦਈਏ ਸੁੱਖ ਪਾਣੀ ਬਚਾਈਏ ਵਾਂਗ ਪੱਤ ਦੇ ਪੁੱਤਾਂ ਵਾਂਗੂ ਰੁੱਖ ਬਾਬੇ ਨਾਨਕ ਦੀ ਬਾਣੀ ਦੇ ਦਿਲ ਤੋਂ ਅਰਥ ਹੰਡਾਈਏ ਧੀ ਨੂੰ ਮੰਦਾ ਬੋਲੀਏ ਨਾ ਕਿਰਤ ਕਰ ਵੰਡ ਖਾਈਏ ਤੁਹਾਡਾ ਪਿਆਰਾ ਗੁਰਮੁਖ ਸਿੰਘ ਲੈ ਬਈ ਅਸੀਂ ਹੁਣ ਆਪਾਂ ਸਾਰੇ ਜਣੇ ਮਿਲ ਕੇ ਆ ਮਾਸਟਰ ਜੀ ਦੀ ਲਿਖੀ ਹੋਈ ਅਰਦਾਸ ਦੇ ਨਾਲ ਇੱਕ ਸੈਲਫੀ ਖਿਚਾਈਏ ਠੀਕ ਹੈ ਫੇਸਬੁੱਕ ਤੇ ਪਾਵਾਂਗੇ ਠੀਕ ਹੈ ਠੀਕ ਹੈ ਫੇਸਬੁੱਕ ਤੇ ਤਾਂ ਪਾਵਾਂਗੇ ਸਟੇਟਸ ਕੀ ਲਿਖੇਗਾ ਲਿਖੂੰਗਾ ਨੀ ਲਿਖਾਂਗੇ ਮਿਸ ਯੂ ਮਾਸਟਰ ਜੀ ਆਜੋ 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 ਇਹ ਮਹਿਜ ਤਸਵੀਰਾਂ ਨਹੀਂ ਹਨ ਇਹ ਪੰਜਾਬ ਦੇ ਵਾਸੀ ਨੇ ਕਦੀ ਇਹ ਘੇਰੇ ਸਨ 47 ਘੇਰੇ ਕਦੀ 84 ਨੇ ਅੱਜ ਇਹ ਘੇਰੇ ਖੁਦਕੁਸ਼ੀਆਂ ਨੇ ਘੇਰੇ ਅੱਜ ਸਿਆਸਤ ਨੇ ਜੁਗਨੀ ਮਾਇਆ ਗਾਵਣ ਵਾਲੇ
ਘੇਰੇ ਅੱਜ ਉਦਾਸੀ ਨੇ ਸੁਨੀਆਂ ਰਾਹਾਂ ਹਿੱਕ ਵਿੱਚ ਤਾਹਾਂ ਕੋਈ ਨਜ਼ਰ ਕਲੈਣੀ ਰੋਕੋਵੇ ਤਰਸ ਨਾ ਜਾਇਓ ਧੀ ਪੁੱਤਾਂ ਨੂੰ ਉਹ ਪੰਜਾਬ ਦੇ ਲੋਕੋਵੇ ਦਿਲੋਂ ਹੋਵੇ ਅਰਦਾਸ।